ਰੱਬ ਸੱਚਾ ਸਿਰਜਣਹਾਰ ਸਭ ਦਾ ਰੱਬ ਦਾ, ਰੱਬ ਸੱਚਾ ਸਿਰਜਣਹਾਰ ਸਭ ਦਾ, ਉਹ ਰੱਬ ਸੱਚਾ ਸਿਰਜਣਹਾਰ ਸਭ ਦਾ। ਸੋਚੀ ਜਾਵੇ ਇਸ ਰੱਬ ਬਾਰੇ ਧੰਨਾ ਜੀ, ਹਾਂਜੀ ਬਾਰੇ ਧੰਨਾ ਜੀ, ਭਗਤਾਂ ਚ ਭਗਤ ਪਿਆਰੇ ਧੰਨਾ ਜੀ, ਭਗਤਾਂ ਚ ਭਗਤ ਪਿਆਰੇ ਧੰਨਾ ਜੀ, ਉਹ ਭਗਤਾਂ ਚ ਭਗਤ ਨਿਆਰੇ ਧੰਨਾ ਜੀ, ਹੋ ਨਿਆਰੇ ਧੰਨਾ ਜੀ, ਭਗਤਾਂ ਚ ਭਗਤ ਨਿਆਰੇ ਧੰਨਾ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ, ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਵਿਦਵਾਨ ਕਹਿੰਦੇ ਆ ਵੈਸੇ ਤੇ ਹਰ ਯੁੱਗ ਵਿੱਚ ਭਗਤ ਆਉਂਦੇ ਰਹੇ ਨੇ, ਪਰ ਭਾਰਤ ਦਾ ਮੱਧ ਕਾਲ ਉਹ ਭਗਤੀ ਕਾਲ ਮੰਨਿਆ ਗਿਆ, ਜਿਸ ਸਮੇਂ ਦੇ ਅੰਦਰ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਸ਼੍ਰੋਮਣੀ ਭਗਤ ਭਗਤ ਧੰਨਾ ਜੀ, ਜਿਨ੍ਹਾਂ ਨੇ ਪ੍ਰੇਮ ਦੀਆਂ ਡੋਰਾਂ ਪਾ ਕੇ ਪਰਮੇਸ਼ਰ ਨੂੰ ਪਾਇਆ। ਮਹਾਰਾਜ ਕਹਿੰਦੇ ਹਨ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਤੇ ਸੰਗਤ ਜੀ ਕਹਿੰਦੇ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚ ਪਾਤਸ਼ਾਹ ਜੀ ਉਹਨਾਂ ਦੀ ਬਾਣੀਆਂ ਦੀ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਜਣਾ ਆ ਪ੍ਰੇਮ ਵਾਲੀ ਖੇਡ ਨੂੰ ਚਾਹੁੰਦਾ ਜੇ ਖੇਡਣ ਸੀਸ ਤਲੀ ਤੇ ਧਰ ਕੇ ਆਉਣਾ ਪਵੇਗਾ। ਖੇਡਾਂ ਦੀ ਨੀ ਖੇਡ ਇਹ, ਖੇਡ ਹੈ ਕੋਈ ਹੋਰ ਇਹ, ਇੱਥੇ ਤੇ ਸਿਰ ਦੇ ਕੇ ਪਿਆਰੇ ਨੂੰ ਮਨਾਉਣਾ ਪਵੇਗਾ। ਕਿਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਬਾਜਾਂ ਵਾਲੇ, ਉਹ ਤਾਜਾਂ ਵਾਲੇ, ਉਹ ਤਾਕਤਾਂ ਵਾਲੇ, ਗਰਜਮੀਆਂ ਆਵਾਜ਼ਾਂ ਵਾਲੇ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਸ਼ਹੀਦ ਪਿਤਾ ਦਾ ਪੁੱਤ, ਸ਼ਹੀਦ ਪੁੱਤਰਾਂ ਦਾ ਬਾਪੂ, ਜਿਨ੍ਹਾਂ ਵਰਗਾ ਜਰਨੈਲ ਕੋਈ ਨਹੀਂ, ਜਿਨ੍ਹਾਂ ਵਰਗਾ ਭਗਤ ਕੋਈ ਨਹੀਂ, ਜਿਨ੍ਹਾਂ ਵਰਗਾ ਦਾਨੀ ਕੋਈ ਨਹੀਂ, ਉਹ ਨੀਲੇ ਦੇ ਸ਼ਾਹ ਅਸਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਆ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਜਿਹੜੇ ਪ੍ਰੇਮ ਕਰਦੇ ਆ ਨਾ ਉਹ ਰੱਬ ਨੂੰ ਪਾ ਲੈਂਦੇ, ਉਹਨਾਂ ਦੇ ਵਿੱਚੋਂ ਧੰਨ ਧੰਨ ਭਗਤ ਧੰਨਾ ਜੀ, ਜਿਨ੍ਹਾਂ ਨੇ ਆਰਤੀ ਦੀ ਥਾਂ ਆਰਤਾ ਉਚਾਰਿਆ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਤਿੰਨ ਕੇ ਕਾਜ ਸਵਾਰ ਤੁਸਾਂ ਦੇ ਦੁਆਰੇ ਆਏ, ਤੁਹਾਡੇ ਹੀ ਜੈਕਾਰੇ ਲਾਏ, ਸਭ ਦੀਆਂ ਮੰਨਤਾਂ ਤੁਸੀਂ ਕਰਦੇ ਹੋ ਪੂਰੀਆਂ, ਚਾਈ ਚਾਈ ਪੱਬ ਧਰੇ ਸੱਚੇ ਦਿਲੋਂ ਪਿਆਰ ਕਰੇ, ਸਭ ਨਾਲ ਪਾਉਂਦੇ ਹੋ ਪ੍ਰੀਤਾਂ ਤੁਸੀਂ ਗੂੜੀਆਂ, ਸਾਨੂੰ ਵੀ ਬੁਲਾਇਆ ਬਾਬਾ ਕਾਲ ਨਾਲ ਲਾਇਆ ਬਾਬਾ, ਕਰੋ ਪ੍ਰਵਾਨ ਸੱਚੇ ਦਰ ਦੇ ਹਜ਼ੂਰ। ਲੰਡਰਾਂ ਵਾਲਿਆਂ ਦਾ ਜਥਾ ਜਸ ਤੁਹਾਡਾ ਗਾਉਣ ਆਇਆ, ਧੰਨ ਧੰਨ ਭਗਤ ਧੰਨਾ ਜੀ, ਖਤਮ ਕਰ ਦਿਓ ਦੂਰੀਆਂ ਭਗਤ ਧੰਨਾ ਜੀ, ਜਿਨ੍ਹਾਂ ਨੇ ਪਹਿਲਾਂ ਸਰਗੁਣ ਪਰਮੇਸ਼ਰ ਨੂੰ ਪਾਇਆ ਤੇ ਫਿਰ ਨਿਰਗੁਣ ਦੇ ਰੂਪ ਦੇ ਵਿੱਚ ਬੰਦਗੀ ਕੀਤੀ। ਤੇ ਖਾਲਸਾ ਜੀ ਮਹਾਰਾਜ ਕਹਿੰਦੇ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਰਾਜਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ, ਸਰਬ ਰੇ ਕਾਇਨਾਤ ਮੁਜਸ਼ਮਈ ਆਬੇ ਹਯਾਤ,
ਦੀਨ ਦੁਨੀਆਂ ਦੇ ਪਾਤਸ਼ਾਹ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਮਨ ਚਿੰਦੀਆਂ ਦੌਲਤਾਂ ਬਰਕਤਾਂ ਬਖਸ਼ਿਸ਼ਾਂ ਦੇਣ ਵਾਲੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਗੋਦ 'ਚ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹਾਂ, ਭਗਤਾਂ ਦਾ ਜੀਵਨ ਸਰਵਣ ਕਰ ਰਹੇ ਹੋ, 15 ਭਗਤਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆ, ਤੇ ਜਿਨ੍ਹਾਂ ਦਾ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ, ਸੰਗਤ ਜੀ ਦੋ ਸ਼ਬਦ ਰਾਗ ਆਸਾ ਦੇ ਵਿੱਚ, ਇੱਕ ਸ਼ਬਦ ਧਨਾਸਰੀ ਰਾਗ ਦੇ ਵਿੱਚ, ਤੇ ਚੌਥਾ ਫਿਰ ਆਰਤਾ ਤੇ ਖਾਲਸਾ ਜੀ। ਆਓ ਐਸੇ ਭਗਤਾਂ ਦੇ ਗੁਣ ਗਾਈਏ, ਐਸੇ ਭਗਤਾਂ ਤੋਂ ਵਾਰੇ ਵਾਰੇ ਜਾਈਏ ਜਿਨ੍ਹਾਂ ਨੇ ਆਪ ਜਪਿਆ, ਤੇ ਖਾਲਸਾ ਜੀ ਫਿਰ ਜਿਹੜੇ ਉਹਨਾਂ ਦੀ ਸੰਗਤ ਕਰ ਗਏ ਨਾ, ਕਿਉਂਕਿ ਭਗਤ ਰਾਮਾਨੰਦ ਜੀ ਜਿਨ੍ਹਾਂ ਦੇ ਬੜੇ ਚੇਲੇ ਸੀ, ਕਾਂਸ਼ੀ ਦੇ ਵਿੱਚ ਜਾ ਕੇ ਉਸ ਵੇਲੇ ਗੁਰੂ ਧਾਰਿਆ ਭਗਤ ਧੰਨੇ ਨੇ ਰਾਮਾਨੰਦ ਜੀ ਨੂੰ। ਤੇ ਖਾਲਸਾ ਜੀ ਆਓ ਜਿੰਨੇ ਵੀ ਸਰੀਰ ਜੁੜੇ ਹੋ ਨਾ, ਸਭ ਤੋਂ ਪਹਿਲਾਂ ਫਤਿਹ ਗਜਾਉਣੀ ਆ ਬੁਲੰਦ ਆਵਾਜ਼ 'ਚ, ਤੇ ਫਿਰ ਇਤਿਹਾਸ ਦਾ ਪੰਨਾ ਆਰੰਭ ਕਰਾਂਗੇ। ਭਾਈ ਵੀਰ ਸਿੰਘ ਦਾ ਕਥਨ ਹੈ, ਕਹਿੰਦੇ ਜੁੜ ਜਾਣਾ ਜ਼ਿੰਦਗੀ ਹੈ, ਟੁੱਟ ਜਾਣਾ ਮੌਤ ਹੈ, ਜੁੜਨ ਦੇ ਅੰਦਰ ਸੁੱਖ ਨੇ ਤੇ ਟੁੱਟਣ 'ਚ ਦੁੱਖ ਨੇ। ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੋਗ, ਜਿਹੜਾ ਬੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਨਾ, ਰੋਗ ਉਹਨੂੰ ਆ ਕੇ ਘੇਰਾ ਪਾ ਲੈਂਦੇ। ਵਾਹਿਗੁਰੂ ਆਖਿਆ ਮੁੱਖ ਪਵਿੱਤਰ, ਵਾਹਿਗੁਰੂ ਆਖਿਆ ਦੁੱਖ ਸਭ ਤਿੱਤਰ, ਵਾਹਿਗੁਰੂ ਆਖਿਆ ਸਾਫ ਚਰਿੱਤਰ, ਵਾਹਿਗੁਰੂ ਵਾਹਿਗੁਰੂ ਆਖਿਆ ਸਭ ਵੈਰੀ ਮਿੱਤਰ, ਵਾਹਿਗੁਰੂ ਨਾਮ ਮਹਾ ਪਵਿੱਤਰ ਪਵਿੱਤਰ। ਤੇ ਕਲਗੀਧਰ ਜੀ ਕਹਿੰਦੇ ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਗਜਾਵੇ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬੇਜੋਗ ਦਾਸ ਗੋਬਿੰਦ ਸਿੰਘ, ਫਤਹੇ ਖਾਲਸਾ ਦਰਸ ਪਰਸ ਮਿਟੈ ਸੋਗ, ਆਤਮਾ ਗ੍ਰੰਥ ਮੈਂ ਸਰੀਰ ਮੇਰਾ ਪੰਥ ਮੈਂ, ਜੇ ਮੇਰੇ ਦਦਾਰੇ ਕਰਨੇ ਆ। ਕਲਗੀਧਰ ਜੀ ਕਹਿੰਦੇ ਮੇਰੇ ਪੰਥ ਚ ਹੋਣਗੇ। ਤੇ ਖਾਲਸਾ ਜੀ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ, ਉਹਦੀ ਆਤਮਾ ਫਤਿਹ ਹੈ ਪਾ ਜਾਂਦੀ, ਫਤਿਹ ਬੁਲਾਉਣ ਤੋਂ ਕਰੇ ਸੰਕੋਚ ਜਿਹੜਾ, ਉਹਨੂੰ ਫਤਿਹ ਹੈ ਫਤਿਹ ਬੁਲਾ ਜਾਂਦੀ, ਫਤਿਹ ਦੀ ਸਦਾ ਹੀ ਜੱਗ ਤੇ ਜਿੱਤ ਹੁੰਦੀ, ਸਦਾ ਸੰਗਤ ਦੇ ਨਾਲ ਹੀ ਪਾਈ ਦੀਏ, ਜਦੋਂ ਗੁਰਦਰਬਾਰ ਆਈਏ ਉਦੋਂ ਢਿੱਲੀ ਨਹੀਂ ਬਈ, ਉਦੋਂ ਗਰਜ ਕੇ ਫਤਿਹ ਗਜਾਈ ਦੀਏ, ਉਦੋਂ ਗਰਜ ਕੇ ਫਤਿਹ ਗਜਾਈ ਦੀ। ਕਰਿਓ ਕਿਰਪਾ ਬੈਠੋ ਸੱਜ ਕੇ, ਬੋਲਿਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨ। ਇਤਿਹਾਸ ਦਾ ਪੰਨਾ ਆਰੰਭ ਕਰਾਂ, ਇਕਾਗਰਤਾ ਬਣਾਇਓ। ਖਾਲਸਾ ਜੀ ਗਿਆਨੀ ਕਾਨ ਸਿੰਘ ਜੀ ਨਾਭ ਮਹਾਨ ਕੋਸ਼, ਉਹਨੀ ਹਵਾਲਾ ਦਿੱਤਾ, ਦੇਉਣੀ ਛੋਣੀ ਤੋਂ 20 ਕਿਲੋਮੀਟਰ ਦੀ ਬਿੱਥੇ, ਰਾਜਸਥਾਨ ਦਾ ਇਲਾਕਾ, ਉਹ ਟਾਂਕ ਦਾ ਇਲਾਕਾ, ਜਿਸ ਇਲਾਕੇ ਦੇ ਅੰਦਰ ਇੱਕ ਨਗਰ ਪੈਂਦਾ ਧੁਆਣ। ਖਾਲਸਾ ਜੀ ਵਿਦਵਾਨਾਂ ਦੀ ਮਾਤਾ ਪਿਤਾ ਜੀ ਬਾਰੇ ਵੱਖੋ ਵੱਖਰੀ ਰਾਏ ਹੈ, ਕਿਸੇ ਨੇ ਲਿਖਿਆ ਪਿਤਾ ਹਾਤੀ ਰਾਮ ਜੀ ਤੇ ਮਾਤਾ ਗੰਗਾ ਜੀ, ਕਈਆਂ ਨੇ ਮਾਤਾ ਰੇਵੀ ਵੀ ਲਿਖਿਆ, ਬਾਪੂ ਪੰਨਵਾ ਜੀ ਲਿਖਿਆ ਕਿ ਜਿਨ੍ਹਾਂ ਦੇ ਘਰ 1473 ਬਿਕਰਮੀ ਸਨ, 1416 ਨੂੰ ਖੇਤੀਬਾੜੀ ਦੇ ਨਾਲ ਸੰਬੰਧਿਤ ਪਰਿਵਾਰ ਹੈ, ਜ਼ਿਮੀਂਦਾਰ ਪਰਿਵਾਰ ਹੈ, ਜਿਸ ਪਰਿਵਾਰ ਦੇ ਅੰਦਰ ਉਹ ਰਾਜਸਥਾਨ ਦੀ ਧਰਤੀ ਤੇ ਧੁਆਨ ਨਗਰ ਦੇ ਅੰਦਰ ਧੰਨ ਧੰਨ ਭਗਤ ਧੰਨਾ ਜੀ ਦਾ ਜਦੋਂ ਜਨਮ ਹੁੰਦਾ, ਉਹ ਚਾਰੇ ਪਾਸੇ ਜਿਵੇਂ ਖੁਸ਼ੀਆਂ ਛਾਉਂਦੀਆਂ ਨਾ, ਕਿਉਂਕਿ ਹਰ ਇੱਕ ਮਾਂ ਦੇ ਦਿਲ ਦੀਆਂ ਸਧਰਾਂ ਹੁੰਦੀਆਂ ਕਿ ਮੇਰੀ ਕੁੱਖ ਨੂੰ ਭਾਗ ਲੱਗਣ
ਕਿਉਂਕਿ ਬੱਚਿਆਂ ਬਾਅਦ ਨਾ ਸੌਂਦੀਆਂ, ਜੱਗ ਅੰਦਰ ਮਾਵਾਂ, ਇਹ ਮਾਵਾਂ ਬੱਚਿਆਂ ਨਾਲ ਹੀ ਹਨ ਠੰਡੀਆਂ ਜਾਂ ਬੱਚੇ ਹੋਣ ਤੇ ਜੁੜਦੀਆਂ ਬਾਹਾਂ ਨਾਲ ਬਾਹਾਂ, ਬੱਚਿਆਂ ਬਾਝੋਂ ਮਾਣਨਾ ਵਿੱਚ ਭੈਣ ਭਰਾਵਾਂ, ਬੱਚੇ ਹੋਣ ਤੇ ਰਹਿੰਦੀਆਂ ਹਨ ਦੂਰ ਬਲਾਵਾਂ, ਬੱਚਿਆਂ ਬਿਨ ਹਮਦਰਦ ਜੀ ਸਭ ਸੁਣੀਆਂ ਹੀ ਥਾਵਾਂ, ਸਭ ਸੁਣੀਆਂ ਹੀ ਥਾਵਾਂ। ਕਿਤੇ ਮਾਂ ਨੇ ਅਰਦਾਸਾਂ ਕੀਤੀਆਂ ਕਾਲ ਪੁਰਖ ਦੇ ਚਰਨਾਂ 'ਚ, ਅਰਦਾਸਾਂ ਪ੍ਰਵਾਨ ਹੋਈਆਂ 1473 ਬਿਕਰਮੀ ਨੂੰ, ਸਨ 1416 ਨੂੰ ਜਿਵੇਂ ਧੰਨ ਧੰਨ ਭਗਤ ਧੰਨਾ ਜੀ ਦਾ ਜਨਮ ਹੋਇਆ, ਉਸ ਵੇਲੇ ਦਾ ਉਹ ਖੁਸ਼ੀਆਂ ਦਾ ਨਗਮਾ ਆ ਢਾਡੀ ਵੀਰਾਂ ਤੋਂ ਇੰਜ ਸੁਣ।
ਸ਼ਬਦਾਂ ਦੀ ਥੋੜ ਬੜੀ ਲਿਖ ਸਕੇ ਨਾ ਕਲਮ ਮੇਰੀ, ਤੇਰੀ ਮਹਿਮਾ ਹੈ ਅਪਰ ਅਪਾਰ ਬਾਬਾ ਜੀ। ਸਾਰਾ ਜਗ ਢੂੰਡਿਆ ਮੈਂ ਮਿਲਿਆ ਨੀ ਤੇਰੇ ਜਿਹਾ, ਜਿਹੜਾ ਇੱਕੋ ਤੱਕਣੀ ਚ ਬੇੜਾ ਲਾਵੇ ਪਾਰ ਬਾਬਾ। ਸੁਖਣਾ ਜੋ ਸੁਖ ਲਿੰਦਾ, ਹੁੰਦੀ ਹੈ ਮੁਰਾਦ ਪੂਰੀ ਤੇਰੇ ਚਰਨਾਂ ਤੇ ਝੁਕੇ ਆ ਸੰਸਾਰ ਬਾਬਾ ਜੀ। ਜਿਸਨੇ ਵੀ ਜਸ ਤੇਰਾ ਗਾਇਆ ਤੇਰੇ ਦਰ ਆ ਕੇ, ਉਹਦੀ ਦੁਨੀਆਂ ਤੇ ਹੋਈ ਜੈ ਜੈਕਾਰ ਬਾਬਾ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਹੜੇ ਮਹਾਰਾਜ ਜੀ ਬਾਣੀ ਦੇ ਵਿੱਚ ਲਿਖਦੇ ਨੇ, ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਤਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧੰਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਰੰਗ, ਜਨ ਆਵਨ ਕਾਹੇ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਮਸਕਾਰ ਨਮਸਕਾਰਾਂ ਹੋ ਰਹੀਆਂ ਅੱਜ ਭਗਤਾਂ ਨੂੰ, ਜਿਨ੍ਹਾਂ ਨੇ ਖਾਲਸਾ ਜੀ ਉਸ ਪਰਮੇਸ਼ਰ ਦੀ ਸਿਫਤੋ ਸਲਾਹ ਕੀਤੀ, ਬੰਦਗੀ ਕੀਤੀ, ਭੋਲੇਪਣ ਦੇ ਵਿੱਚ ਉਸ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਕੀਤੇ। ਜਿਵੇਂ ਸੰਪਰਦਾਏ ਗੁਰਦੁਆਰਾ ਲੰਗਰ ਸਾਹਿਬ ਨਾ, ਧੰਨ ਧੰਨ ਬਾਬਾ ਨਿਧਾਨ ਸਿੰਘ ਜੀ, ਜਿਨ੍ਹਾਂ ਨੂੰ ਨੰਦੇੜ ਦੀ ਪਵਿੱਤਰ ਧਰਤੀ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਆਪ ਦਰਸ਼ਨ ਦਿਦਾਰੇ ਕੀਤੇ, ਤੇ ਨਾਲੇ ਥਾਪੜਾ ਦਿੱਤਾ ਕਿ ਜਾਓ ਜਾ ਕੇ ਸੇਵਾਵਾਂ ਕਰੋ, ਹੱਥ ਤੇਰਾ ਤੇ ਖਿੱਸਾ ਹੋ ਮੇਰਾ। ਖਾਲਸਾ ਜੀ ਉਹ ਵੱਡੀਆਂ ਰਹਿਮਤਾਂ ਦੇ ਨਾਲ ਨਵਾਜਿਆ, ਇਹ ਸੱਚ ਹੈ। ਬੈਕੁੰਠ ਨਗਰ ਜਹਾਂ ਸੰਤ ਬਾਸਾ, ਪ੍ਰਭ ਚਰਨ ਕਮਲ ਦੀ ਦਮਾਹੇ ਨਿਵਾਸਾ, ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ, ਸਗਲੇ ਹੋਏ ਸੁਖ ਹਰ ਨਾਮ ਧਿਆਵਣਾ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਜਿਹੜੀ ਮਾਂ ਦੀ ਕੁੱਖ ਤੋਂ ਭਗਤ ਦਾ, ਪਰਮੇਸ਼ਰ ਦੇ ਪਿਆਰੇ ਸਾਧੂ ਦਾ ਜਨਮ ਹੁੰਦਾ, ਉਹ ਮਾਂ ਦੀ ਕੁੱਖ ਪਵਿੱਤਰ ਹੋ ਜਾਂਦੀ। ਜਿਹੜੇ ਘਰ ਦੇ ਵਿੱਚ ਸਾਧੂ ਦਾ ਜਨਮ ਹੁੰਦਾ ਨਾ, ਭਗਤ ਦਾ ਜਨਮ ਹੁੰਦਾ, ਉਹ ਘਰ ਪਵਿੱਤਰ ਹੋ ਜਾਂਦਾ, ਉਹ ਨਗਰ ਪਵਿੱਤਰ ਹੋ ਜਾਂਦਾ, ਉਹ ਇਲਾਕਾ ਪਵਿੱਤਰ ਹੋ ਜਾਂਦਾ, ਤੇ ਜਿੱਥੇ ਫਿਰ ਉਹ ਵੱਡੀਆਂ ਕਮਾਈਆਂ ਕਰਦਾ ਨਾ, ਉਹ ਥਾਂ ਪੂਜਣ ਯੋਗ ਬਣ ਜਾਂਦੀ ਆ। ਉਸ ਥਾਂ ਦੇ ਉੱਤੇ ਫਿਰ ਮੇਲੇ ਲੱਗਦੇ, ਫਿਰ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਅਸਥਾਨ ਬਣ ਜਾਂਦੇ ਨੇ ਨਾ, ਤੇ ਉੱਥੇ ਵੀ ਸੰਗਤਾਂ ਸ਼ਰਧਾ ਦੇ ਨਾਲ ਜਦੋਂ ਆ ਕੇ ਸੀਸ ਝੁਕਾਉਂਦੀਆਂ ਨਾ, ਉਹ ਜਿਹੜੀ ਵੀ ਦਾਤ ਮਹਾਰਾਜ ਦੇ ਦਰ ਤੋਂ ਮੰਗਦੀਆਂ, ਮਹਾਰਾਜ ਉਹ ਦਾਤਾਂ ਝੋਲੀ ਦੇ ਵਿੱਚ ਪਾਉਂਦੇ ਨੇ। ਸੱਚ ਹੈ, ਕਿਉਂਕਿ ਆਪਾਂ ਰੋਜ਼ ਅਰਦਾਸ ਕਰਨ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਣ ਵਾਲੇ ਆ। ਇੱਥੇ ਆਏ ਗਏ ਨੂੰ ਦੇਗ ਪੱਕੀ ਦੇਗ ਵੀ ਛਕਾਉਂਦੇ ਆ, ਪੰਗਤ ਚ ਬਹਾ ਕੇ ਲੰਗਰ ਵੀ ਛਕਾਉਂਦੇ ਆ। ਇੱਥੇ ਆਏ ਗਏ ਨੂੰ ਦੇਗ ਪੱਕੀ ਪਰ ਚੱਕੇ ਆਏ ਨੂੰ ਦੇਗ ਦੇਗ ਪੱਕੀ, ਜਿਹੜਾ ਚੜ੍ਹ ਕੇ ਆਉਂਦੇ ਨਾ ਉਹਨੂੰ ਦੇਗ ਦੀ ਧਾਰ ਲਗਾਉਂਦੇ। ਖੈਰ ਆਓ ਉਹ ਮਜ਼ਮੂਨ ਆਪ ਜੀਆਂ ਦੇ ਨਾਲ ਸਾਂਝਾ ਕਰਾਂ। ਜਦੋਂ ਭਗਤ ਧੰਨਾ ਜੀ ਦਾ ਧੁਆਨ ਨਗਰ ਦੇ ਵਿੱਚ ਜਨਮ ਹੋਇਆ, ਜ਼ਿਮੀਦਾਰ ਪਰਿਵਾਰ ਦੇ ਵਿੱਚ ਜਨਮ ਹੋਇਆ, ਮਾਪਿਆਂ ਨੇ ਬੜੇ ਲਾਡਾਂ ਚਾਵਾਂ ਦੇ ਨਾਲ ਪਾਲਿਆ। ਖਾਲਸਾ ਜੀ ਘਰ ਦੇ ਵਿੱਚ ਗਾਵਾਂ ਬੜੀਆਂ ਸੀ, ਪਰਿਵਾਰ ਖੇਤੀਬਾੜੀ ਕਰਦਾ, ਗਾਵਾਂ ਚਾਰਦਾ, ਤੇ ਖਾਲਸਾ ਜੀ ਹੁਣ ਐਸੇ ਪਰਿਵਾਰ ਦੇ ਵਿੱਚ ਪਲੇ ਨੇ ਭਗਤ ਧੰਨਾ ਜੀ, ਤੇ ਬਚਪਨ ਤੋਂ ਹੀ ਦੁੱਧ ਮੱਖਣ ਪਨੀਰ ਲੱਸੀ ਖੁੱਲੀ। ਤੇ ਖਾਲਸਾ ਜੀ ਐਨ ਨਰੂਆ ਸਰੀਰ ਜਦੋਂ ਥੋੜੇ ਜਿਹੇ ਵੱਡੇ ਹੋਏ ਨਾ, ਤੇ ਬਾਪੂ ਦੇ ਨਾਲ ਹੱਥ ਵਟਾਉਂਦੇ ਆ ਕੰਮ ਕਾਰ ਦੇ ਵਿੱਚ,
ਰੋਜ ਹੁਣ ਗਾਵਾਂ ਚਾਰਨ ਜਾਂਦੇ ਨੇ, ਖੇਤੀਬਾੜੀ ਕਰਦੇ ਨੇ, ਤੇ ਖੇਤੀਬਾੜੀ ਕਰਦਿਆਂ ਕਰਦਿਆਂ ਗਾਵਾਂ ਚਾਰਦਿਆਂ ਉਸ ਪਰਮੇਸ਼ਰ ਦੀ ਸਿਫਤ ਉਸਲਾ ਬੰਦਗੀ ਕਰਦੇ ਨੇ, ਜਿਹੜਾ ਉਹਨਾਂ ਦਾ ਹਿਰਦਾ ਹੈ ਨਾ ਬੜਾ ਸਵੱਛ ਤੇ ਬੜਾ ਨਿਰਮਲ ਹੈ। ਮਹਾਰਾਜ ਜੀ ਕਹਿੰਦੇ ਹਨ, ਜਿਨ੍ਹਾਂ ਨਾ ਵਿਸਰੇ ਨਾਮ ਸਿੱਖ ਨਿਹਿਆ, ਭੇਦ ਨਾ ਜਾਣੋ ਮੂਲ ਸਾਈਂ ਸਾਈਂ ਜਹਿਆ। ਜਿਹੜੇ ਅੰਦਰੋਂ ਨਿਰਮਲ ਨੇ, ਜਿਨ੍ਹਾਂ ਦੀ ਲਿਵ ਅਕਾਲ ਪੁਰਖ ਦੇ ਨਾਲ ਲੱਗ ਜਾਂਦੀ ਹੈ ਨਾ, ਤੇ ਉਹ ਪਰਮੇਸ਼ਰ ਨੂੰ ਪਾ ਲੈਂਦੇ। ਤੇ ਸੰਗਤ ਜੀ, ਇੱਕ ਦਿਨ ਬਾਪੂ ਨੇ ਕਹਿੰਦੇ ਜਦੋਂ ਕਣਕ ਬੀਜਣ ਵਾਸਤੇ ਬੀਜ ਦੇ ਕੇ ਤੋਰਿਆ, ਰਸਤੇ ਦੇ ਵਿੱਚ ਸਾਧੂਆਂ ਦੀ ਮੰਡਲੀ ਮਿਲ ਗਈ, ਉਹ ਵੇਚ ਕੇ ਕਣਕ ਦਾ ਬੀਜ ਉਹਨਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਤੇ ਹੁਣ ਸੋਚਦਾ ਵੀ ਹੁਣ ਬੀਜਾਂ ਕੀ, ਹੁਣ ਦਾਣੇ ਤੇ ਬੀਜ ਤੇ ਮੁੱਕ ਗਿਆ। ਤੇ ਖਾਲਸਾ ਜੀ ਕਹਿੰਦੇ ਬਲਦਾਂ ਦੀ ਜੋੜੀ ਕੋਲਿਆ, ਹਲ ਪਾ ਲਿਆ ਪਿੱਛੇ, ਜਦੋਂ ਹੁਣ ਬੀਜਣ ਲੱਗਾ ਨਾ, ਇੱਕ ਆਵਾਜ਼ ਕੰਨਾਂ ਦੇ ਵਿੱਚ ਪਈ, ਜਿਹੜੇ ਕੋੜ ਤੁੰਮੇ ਨੇ ਖੇਤਾਂ ਦੇ ਵਿੱਚ ਉਹੀ ਬੀਜ, ਬਸ ਇੰਨਾ ਕਹਿਣ ਦੀ ਦੇਰ, ਤੇ ਉਹਨੇ ਬੀਜੇ ਫਿਰ ਕੋੜ ਤੁੰਮੇ, ਤੇ ਫਿਰ ਜੰਮੇ ਵੀ ਕੋੜ ਤੁੰਮੇ। ਪਰ ਜਦੋਂ ਉਹਨੂੰ ਭੰਨਦੇ ਆ ਨਾ, ਤੇ ਵਿੱਚੋਂ ਫਿਰ ਕਣਕ ਦੇ ਦਾਣੇ ਨਿਕਲਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਪਰਮੇਸ਼ਰ ਦਾ ਨਾਂ ਲੈ ਕੇ ਕੋੜ ਤੁੰਮੇ ਬੀਜੇ, ਜੰਮੇ ਕੋੜ ਤੁੰਮੇ, ਪਰ ਵਿੱਚੋਂ ਨਿਕਲੇ ਕਣਕ ਦੇ ਦਾਣੇ, ਅਨਾਜ ਪਹਿਲਾਂ ਨਾਲੋਂ ਵੀ ਦੁੱਗਣਾ ਚੌਗਣਾ ਇਸ ਵਾਰ ਘਰ ਦੇ ਵਿੱਚ ਆਏ, ਪਰਿਵਾਰ ਬੜਾ ਪ੍ਰਸੰਨ। ਤੇ ਹੁਣ ਜਦੋਂ ਭਗਤ ਧੰਨਾ ਜੀ ਹਰ ਰੋਜ਼ ਕਹਿੰਦੇ ਗਾਵਾਂ ਚਰਨ ਜਾਂਦੇ ਆ ਨਾ, ਮੱਝੀਆਂ ਚਰਨ ਜਾਂਦੇ ਆ, ਇੱਕ ਉੱਥੇ ਪਿੰਡ ਦੇ ਬਾਹਰ ਬਾਹਰ ਕੱਚਾ ਪਾਣੀ ਦਾ ਤਲਾਬ ਸੀ, ਉੱਥੇ ਇੱਕ ਪੰਡਤ ਸੀ ਤਰਲੋਚਨ, ਉਹਦਾ ਨਾਮ ਇਤਿਹਾਸ ਦੇ ਵਿੱਚ ਆਇਆ। ਉਸ ਤਲਾਬ ਦੇ ਕੰਢੇ ਦੇ ਉੱਤੇ ਇੱਕ ਠਾਕਰ ਦੁਆਰਾ, ਜਿੱਥੇ ਹਰ ਰੋਜ਼ ਉਹ ਠਾਕੁਰਾਂ ਦੀ ਪੂਜਾ ਕਰਦਾ, ਉਹਨਾਂ ਨੂੰ ਪਾਣੀ ਦੇ ਨਾਲ ਲੱਸੀ ਦੇ ਨਾਲ ਨਵਾਉਂਦਾ, ਤੇ ਫਿਰ ਧੂਫ ਬੱਤੀ ਕਰਦਾ, ਉਹਨਾਂ ਦੀ ਪੂਜਾ ਕਰਦਾ ਹਰ ਰੋਜ਼। ਭਗਤ ਧੰਨਾ ਜੀ ਉੱਥੋਂ ਨਿਕਲਦੇ ਹਰ ਰੋਜ਼, ਆ ਸਭ ਕੁਝ ਵੇਖਦੇ ਨੇ। ਇੱਕ ਦਿਨ ਉਹ ਪੰਡਤ ਦੇ ਕੋਲ ਆ ਗਿਆ, ਕਹਿੰਦੇ ਪੰਡਤ ਜੀ ਹਰ ਰੋਜ਼ ਪੱਥਰਾਂ ਨੂੰ ਪੂਜੀ ਜਾਂਦੇ ਹੋ, ਪੱਥਰਾਂ ਦੀ ਪੂਜਾ ਕਰੀ ਜਾਂਦੇ ਹੋ, ਇਹਨਾਂ ਪੱਥਰਾਂ ਦੀ ਪੂਜਾ ਕਰਕੇ ਤੁਹਾਨੂੰ ਕੀ ਮਿਲਦਾ? ਭੋਲੇਪਣ ਦੇ ਵਿੱਚ ਸਵੱਛ ਨਿਰਮਲ ਹਿਰਦਾ ਹੈ ਭਗਤ ਧੰਨੇ ਦਾ, ਭੋਲੇਪਣ ਦੇ ਵਿੱਚ ਜਿਵੇਂ ਉਹ ਪੰਡਤ ਜੀ ਨੂੰ ਕੁਝ ਸਵਾਲ ਪੁੱਛਦੇ ਨੇ, ਉਸ ਵੇਲੇ ਦਾ ਸੀਨ ਆਓ ਢਾਡੀ ਵੀਰਾਂ ਤੋਂ ਇੰਜ ਸੁਣੀਏ।
ਪੰਡਤ ਜੀ ਦੱਸਦਾ ਹੇ ਪੰਡਤ ਜੀ ਦੱਸਦਾ ਇੱਕ ਭਰਮ ਮਿਟਾਵੋ ਕਿਉਂ ਪੱਥਰਾਂ ਨੂੰ ਪੂਜਦੇ ਮੈਨੂੰ ਸਮਝਾਵੋ
ਪ੍ਰਸ਼ਾਦਾ ਪੰਡਤ ਜੀ ਥਾਲੀ ਵਿੱਚ ਪਰੋਸਿਆ ਜਿਹੜਾ ਪ੍ਰਸ਼ਾਦਾ ਸੌਂ ਖਾ ਕੇ ਤੂੰ ਦੱਸ ਦੇ ਜੇ ਉਸਨੇ ਖਾਦਾ ਦੇਣ ਵਾਂਗਾ ਉੱਚੀ ਮਾਰਨ ਚੰਗਾ ਜਿਵੇਂ ਮੱਝਾਂ ਅਰਡਾਉਂਦੀਆਂ ਕੱਟਿਆਂ ਨੂੰ। ਬੁੱਲੇ ਸ਼ਾਹ ਕਹਿੰਦਾ, ਕੌਣ ਕਹਿੰਦਾ? ਰੱਬ ਨਹੀਂ ਮਿਲਦਾ, ਹਾਂ ਨਹੀਂ ਮਿਲਦਾ ਉੱਲੂ ਦੀਆਂ ਪੱਠਿਆਂ ਨੂੰ, ਰੱਬ ਮਿਲਦਾ ਨੀਤਾਂ ਸੱਚੀਆਂ ਨੂੰ, ਰੱਬ ਮਿਲਦਾ ਨੀਤਾਂ ਅੱਛੀਆਂ ਨੂੰ ਜਿਹੜੇ ਭੋਲੇ ਨੇ। ਭੋਲੇਪਣ ਦੇ ਵਿੱਚ
ਕਹਿੰਦੇ ਪੰਡਿਤ ਜੀ ਮੈਂ ਰੋਜ਼ ਇੱਥੋਂ ਲੰਘਦਾ ਗਾਵਾਂ ਚਾਰਨ ਵਾਸਤੇ, ਰੋਜ਼ ਦੇਖਦਾ ਤੁਸੀਂ ਇਹਨਾਂ ਪੱਥਰਾਂ ਦੀ ਪੂਜਾ ਕਰਦੇ, ਇਹਨਾਂ ਦੇ ਅੱਗੇ ਪ੍ਰਸ਼ਾਦਾ ਪਾਣੀ ਧਰਦੇ ਹੋ, ਪਰ ਮੈਂ ਕਦੇ ਪੱਥਰ ਵੱਲੋਂ ਹੁੰਗਾਰਾ ਨਹੀਂ ਵੇਖਿਆ, ਕਦੇ ਮੈਂ ਪੱਥਰ ਨੂੰ ਪ੍ਰਸ਼ਾਦਾ ਛਕਦੇ ਨਹੀਂ ਵੇਖਿਆ। ਤੇ ਪੰਡਿਤ ਹੈ ਚਲਾਕ, ਉਹ ਕਹਿੰਦਾ ਤੂੰ ਇਹ ਮੂਰਖ ਜੱਟ ਅਨਪੜ੍ਹ ਗਵਾਰ, ਕਹਿੰਦਾ ਤੈਨੂੰ ਕੀ ਪਤਾ ਹੋਵੇ, ਕਹਿੰਦਾ ਕਿਵੇਂ ਪੂਜਾ ਕਰੀ ਦੀ ਆ, ਤੈਨੂੰ ਤੇ ਸਿਰ ਖੁਰਕਣ ਦਾ ਵਿਹਲ ਨਹੀਂ, ਤੂੰ ਤੇ ਦਿਨ ਰਾਤ ਆਪਣੇ ਖੇਤਾਂ ਦੇ ਵਿੱਚ ਆਪਣੇ ਕੰਮਾਂ ਦੇ ਵਿੱਚ ਲੱਗਿਆ ਹੋਇਆ, ਤੈਨੂੰ ਨਹੀਂ ਪਤਾ ਜਦੋਂ ਮੈਂ ਇਹਦੀ ਪੂਜਾ ਕਰਦਾ ਨਾ ਮੈਂ ਜੋ ਵੀ ਮੰਗਦਾ ਉਹ ਮੈਨੂੰ ਮਿਲਦਾ, ਤੇ ਮੈਨੂੰ ਆ ਕੇ ਉਹ ਦਰਸ਼ਨ ਦਦਾਰੇ ਦਿੰਦੇ ਨੇ। ਉਹ ਕਹਿਣ ਲੱਗਾ ਅੱਛਾ, ਕਹਿੰਦਾ ਪੰਡਿਤ ਜੀ ਜੇ ਇਹ ਗੱਲ ਆ ਨਾ ਤੇ ਇੱਕ ਪੱਥਰ ਮੈਨੂੰ ਵੀ ਦੇ ਦਿਓ, ਇੱਕ ਠਾਕੁਰ ਮੈਨੂੰ ਵੀ ਦੇ ਦਿਓ, ਮੈਂ ਵੀ ਰੋਜ਼ ਠਾਕੁਰ ਦੀ ਪੂਜਾ ਕਰਿਆ ਕਰਾਂ। ਉਹ ਕਹਿੰਦਾ ਠਾਕਰਾਂ ਦੀ ਪੂਜਾ ਕਰਨੀ ਨਾ ਤੇਰੇ ਵਸ ਦਾ ਰੋਗ ਨਹੀਂ, ਰੋਜ਼ ਇਹਨਾਂ ਦਾ ਇਸ਼ਨਾਨ ਕਰਾਉਣਾ ਪੈਂਦਾ, ਤੇ ਤੂੰ ਤੇ ਇਹਦੇ ਮੂਹਰੇ ਧਰ ਦੇਣੀ ਆ ਲੱਸੀ, ਤੂੰ ਧਰ ਦੇਣਾ ਏ ਗੰਡਾ ਅਚਾਰ, ਤੂੰ ਧਰ ਦੇਣਾ ਮੱਖਣ ਤੇ ਪੱਥਰ। ਇਹ ਜਿਹੜਾ ਠਾਕੁਰ ਏ ਨਾ ਕਹਿੰਦਾ ਇਹ ਮੱਖਣ ਨਹੀਂ ਖਾਂਦਾ, ਇਹ ਲੱਸੀ ਨਹੀਂ ਪੀਂਦਾ, ਨਾ ਇਹ ਗੰਡੇ ਖਾਂਦਾ, ਤੈਨੂੰ ਪੂਜਾ ਕਰਨ ਦਾ ਤੈਨੂੰ ਸਾਧਨਾ ਕਰਨੀ ਉਹ ਨਹੀਂ ਆਉਂਦੀ। ਤੇ ਉਹ ਕਹਿਣ ਲੱਗਾ ਅਗਰ ਆਪ ਜੀ ਕਿਰਪਾ ਕਰਦੇ ਹੋ ਨਾ ਇੱਕ ਠਾਕੁਰ ਜੀ ਨੂੰ ਤੁਸੀਂ ਕਹਿੰਦੇ ਹੋ ਇਹ ਮੈਨੂੰ ਦੇ ਦਿਓ, ਜੋ ਮੇਰੇ ਵੱਲੋਂ ਚਾਹੀਦਾ ਤੇ ਮੈਥੋਂ ਲੈ ਲਿਓ। ਤੇ ਹੁਣ ਪੰਡਿਤ ਨੇ ਵੇਖਿਆ ਕਿ ਜੱਟ ਹੈ ਭੋਲਾ ਭਾਲਾ, ਇਹਨੂੰ ਬੜਾ ਕੁਝ ਪਤਾ ਨਹੀਂ, ਕਹਿਣ ਲੱਗਾ ਠੀਕ ਆ ਫੇਰ ਇੱਕ ਠਾਕੁਰ ਤੈਨੂੰ ਦੇ ਦਿੰਦੇ ਆ, ਇੱਕ ਸੱਜਰੀ ਸੂਈ ਆ ਬਛੇਰੀ ਆ ਗਾਂ ਮੈਨੂੰ ਦੇ। ਤੇ ਮੰਨ ਗਿਆ, ਕਹਿੰਦਾ ਜੀ ਠੀਕ ਆ, ਆ ਗਾਂ ਤੁਸੀਂ ਰੱਖ ਲਓ ਤੇ ਆ ਠਾਕੁਰ ਮੈਨੂੰ ਦੇ ਦਿਓ, ਮੈਂ ਵੀ ਠਾਕੁਰ ਦੀ ਫਿਰ ਪੂਜਾ ਕਰਕੇ ਵੇਖ। ਤੇ ਲਓ ਜੀ ਪੰਡਿਤ ਨੇ ਲੈ ਲਈ ਧੰਨੇ ਭਗਤ ਤੋਂ ਸੱਜਰੀ ਸੂਈ ਗਾਂ ਤੇ ਉਹਨੂੰ ਦੇ ਦਿੱਤਾ ਇੱਕੋ ਪੱਥਰ ਕੇ ਜਾ ਕੇ ਪੂਜਾ ਕਰ। ਸੰਗਤ ਜੀ ਜਿਹੜੇ ਲੋਕ ਭੋਲੇ ਭਾਲੇ ਹੁੰਦੇ ਨੇ ਨਾ ਉਹ ਪਰਮੇਸ਼ਰ ਨੂੰ ਪਾ ਲੈਂਦੇ। ਕੱਲ ਪਰਸੋਂ ਦੀ ਇੱਕ ਖਬਰ ਚੱਲਦੀ ਆ ਨਾ ਕਿ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਨੇ ਤਨਖਾਹੀਆ ਕਰਾਰ ਦਿੱਤਾ, ਤੇ ਇੱਕ ਬੀਬੀ ਪਿੰਡ ਚੋਂ ਬੋਲੀ ਕਹਿੰਦੀ ਸੁਖਬੀਰ ਕੋਲੇ ਤੇ ਪਹਿਲਾਂ ਹੀ ਮਾਇਆ ਬੜੀ ਆ ਵੀ ਭਾਵੇਂ ਅੱਗ ਲਾਈ ਜਾਵੇ ਤਾਂ ਵੀ ਨਹੀਂ ਮੁੱਕਣੀ। ਕਹਿੰਦੀ ਉੱਤੋਂ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਉਹਨੂੰ ਤਨਖਾਹ ਵੀ ਲਾ ਦਿੱਤੀ, ਕਹਿੰਦੀ ਉਹਦਾ ਤਾਂ ਕੰਮ ਵਧੀਆ ਹੋ ਗਿਆ ਵੀ ਹੁਣ ਤਨਖਾਹ ਵੀ ਮਿਲਿਆ ਕਰੋ। ਉਹਨੂੰ ਵਿਚਾਰੀ ਨੂੰ ਨਹੀਂ ਪਤਾ ਵੀ ਤਨਖਾਹੀਆ ਕਰਾਰ ਕੀ ਦਿੱਤਾ ਜਾਂਦਾ। ਇਸੇ ਤਰ੍ਹਾਂ ਭੋਲਾ ਭਾਲਾ ਉਹ ਜੱਟ ਭਗਤ ਧੰਨਾ ਹੁਣ ਜਦੋਂ ਪੱਥਰ ਨੂੰ ਘਰ ਲੈ ਕੇ ਆ ਗਿਆ ਨਾ ਤੇ ਘਰ ਦੇ ਵਿੱਚ ਕਹਿੰਦੇ ਉਹਨੇ ਜਦੋਂ ਗੋਹੇ ਦਾ ਲੇਪ ਕਰਕੇ ਨਾ ਉੱਥੇ ਸੁਸ਼ੋਭਿਤ ਕੀਤਾ ਉਸ ਪੱਥਰ ਨੂੰ, ਪਹਿਲਾਂ ਕੱਚੀ ਲੱਸੀ ਦੇ ਨਾਲ ਨਵਾਇਆ ਉਸ ਪੱਥਰ ਨੂੰ, ਤੇ ਉਸ ਦਿਨ ਮਾਤਾ ਜੀ ਨੇ ਘਰ ਦੇ ਵਿੱਚ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਾਈਆਂ ਹੋਈਆਂ। ਤੇ ਲੋ ਜੀ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਥਾਲ ਚ ਪਰੋਸ ਕੇ ਤੇ ਲੈ ਕੇ ਬੜੇ ਗਲਾਸ ਦੇ ਵਿੱਚ ਲੱਸੀ ਤੇ ਬਹਿ ਗਿਆ ਹੁਣ ਪੱਥਰ ਦੇ ਅੱਗੇ। ਹੁਣ ਪੱਥਰ ਦੇ ਅੱਗੇ ਉਹ ਕੀ ਬੇਨਤੀਆਂ ਕਰਦਾ, ਆਓ ਉਹ ਬੋਲ ਲਾਂਡਰਾਂ ਵਾਲਿਆਂ ਦਾ ਢਾਡੀ ਜਥਾ ਹੈ
ਭੋਜਨ ਜੇ ਪ੍ਰਵਾਨ ਨਹੀਂ ਠਾਕੁਰ ਜੀ ਮੇਰਾ ਰੁੱਖਾ ਮਿੱਸਾ ਭੋਜਨ ਜੇ ਪ੍ਰਵਾਨ ਨਹੀਂ ਫਿਰ ਵੀ ਪ੍ਰਗਟ ਹੋ ਗਏ ਹੋ ਮੈਨੂੰ ਕੁਝ ਸਮਝਾ ਪ੍ਰਗਟ ਹੋ ਗਏ ਮੈਨੂੰ ਕੁਝ ਸਮਝਾਵੋ ਫਿਰ ਵੀ ਪ੍ਰਗਟ ਹੋ ਗਏ ਮੈਨੂੰ ਕੁਝ ਸਮਝਾਵੋ ਸਿਮਰਨ 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 ਕਰਨਾ ਹੁਣ ਨਹੀਂਓ ਸਿਮਰਨ ਕਰਨਾ ਫਿਰ ਤੇਰੀਆਂ ਭਗਤਾਂ ਨੇ ਉਹ ਦੁਨੀਆ ਮਾਰੂ ਤਾਨੇ ਚਰਚੇ ਨਾ ਕਰਵਾਵੋ ਦਰਬਾਰ ਚ ਆ ਕੇ ਪਹਿਲਾਂ ਤਨ ਮਨ ਭੇਟ ਚੜਾਈ ਆਪਾਂ ਪੜ੍ਹਦੇ ਹਾਂ ਨਾ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਗੁਰਦਰਬਾਰ ਚ ਆ ਕੇ ਪਹਿਲਾਂ ਤਨ ਮਨ ਭੇਟ ਚੜਾਈ ਦਾ ਛੱਡ ਕੇ ਮਨ ਨਮਾਣਾ ਹੋ ਕੇ ਪ੍ਰੀਤਮ ਦੇ ਦਰ ਆਈ ਕਦਮਾਂ ਉੱਤੇ ਸੌ ਸੌ ਵਾਰੀ ਜਿੰਦ ਨੂੰ ਘੋਲ ਘੁਮਾਈ ਦਾ ਇੱਥੇ ਆ ਕੇ ਛੱਡਣਾ ਪੈਂਦਾ ਮਨ ਦੀਆਂ ਸਭ ਚਤਰਾਈਆਂ ਨੀਵੇਂ ਹੋ ਕੇ ਆਜ਼ਿਜ਼ ਬਣ ਕੇ
ਮੁੜ ਮੁੜ ਸੀ ਚੁਕਾਈ ਆਪਣਾ ਆਪ ਗਵਾਉਣਾ ਪੈਂਦਾ ਪ੍ਰੀਤਮ ਨੂੰ ਅਪਣਾਉਣ ਲਈ ਉਹਦੀ ਚਰਨ ਧੂੜ ਨੂੰ ਚੁੰਮ ਕੇ ਮਸਤਕ ਉਹਤੇ ਲਾਈ ਦਾ ਮੁਸ਼ਕਲ ਪ੍ਰੇਮ ਪਿਆਲਾ ਪੀਣਾ ਇਹ ਨੀ ਖੇਡ ਦਾਨਾ ਦੀ ਬਾਂਗ ਪਤੰਗੇ ਪ੍ਰੇਮ ਸ਼ਮਾ ਤੇ ਹੱਸ ਹੱਸ ਕੇ ਸੜ ਜਾਈਦਾ ਕੋਮਲ ਪ੍ਰੇਮ ਦੀ ਘਾਟੀ ਔਖੀ ਕੋਈ ਵਿਰਲਾ ਹੀ ਚੜ ਸਕਦਾ ਹੈ ਸੂਲੀ ਚੜ ਮਨਸੂਰ ਦੇ ਵਾਂਗੂ ਪ੍ਰੇਮ ਦਾ ਸਬਕ ਪੜ੍ਹਾਈ ਦਾ ਛੱਡ ਕੇ ਮਾਣ ਨਮਾਣਾ ਹੋ ਕੇ ਪ੍ਰੀਤਮ ਦੇ ਦਰ ਆਈਦਾ ਜਦੋਂ ਨਮਾਣਾ ਹੋ ਕੇ ਆ ਗਿਆ ਨਾ ਉਦੋਂ ਫੇਰ ਦਾਤਾਂ ਝੋਲ ਦੇ ਵਿੱਚ ਪੈਂਦੀਆਂ ਜਦੋਂ ਇਤਿਹਾਸ ਨੂੰ ਪੜ੍ਹੀਏ ਨਾ ਪਹਿਲੀ ਵਾਰੀ ਮਾਤਾ ਗੰਗਾ ਜੀ ਜਦੋਂ ਪੁੱਤਰ ਦੀ ਦਾਤ ਲੈਣ ਵਾਸਤੇ ਗਏ ਨਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਰੀਝੇ ਉਹਨਾਂ ਆਖਿਆ ਕਿ ਦਾਤਾਂ ਦੇਣ ਵਾਲਾ ਤੇ ਗੁਰੂ ਅਰਜਨ ਹੈ ਮੈਂ ਤੇ ਉਸ ਦੇ ਦਰ ਦਾ ਕਾਹੀ ਹਾਂ ਉਹਦੇ ਡੰਗਰ ਚਾਰ ਛੱਡਦਾ ਉਹਦੇ ਟੁਕੜਿਆਂ ਤੇ ਪਲਦਾ ਤੁਸੀਂ ਮੇਰੇ ਕੋਲੋਂ ਦਾਤਾਂ ਮੰਗੀ ਜਾਂਦੇ ਹੋ ਤੇ ਸਤਿਗੁਰਾਂ ਨੇ ਪੁੱਛਿਆ ਕਹਿੰਦੇ ਗੰਗਾ ਜੀ ਗਏ ਕਿੱਦਾਂ ਸੀ ਕਹਿੰਦੇ ਰੱਥਾਂ ਤੇ ਚੜ੍ਹ ਕੇ ਗੱਡਿਆਂ ਤੇ ਚੜ੍ਹ ਕੇ ਟਹਿਲਣਾ ਦਾਸੀਆਂ ਨਾਲ ਲੈ ਕੇ ਸਤਿਗੁਰ ਕਹਿੰਦੇ ਬਸ ਆਹੀ ਫਰਕ ਜਦੋਂ ਕੁਝ ਲੈਣ ਜਾਈਏ ਉਦੋਂ ਉੱਚੇ ਬਣ ਕੇ ਨਹੀਂ ਉਦੋਂ ਨੀਵੇਂ ਬਣ ਕੇ ਜਾਈਦੇ ਉਦੋਂ ਦਾਤੇ ਬਣ ਕੇ ਨਹੀਂ ਉਦੋਂ ਭਿਖਾਰੀ ਬਣ ਕੇ ਜਾਈਦਾ ਫੇਰ ਦਾਤ ਝੋਲ ਦੇ ਵਿੱਚ ਪੈਂਦੀ ਫੇਰ ਜਦੋਂ ਮਾਤਾ ਗੰਗਾ ਜੀ ਹੱਥੀ ਪੀਸ ਕੇ ਪੀਸਣ ਨਾਲੇ ਬਾਣੀ ਪੜੀ ਜਾਂਦੇ ਆ ਤੇ ਨਾਲੇ ਬਾਬਾ ਬੁੱਢਾ ਸਾਹਿਬ ਲਈ ਪ੍ਰਸ਼ਾਦੇ ਤਿਆਰ ਕਰਦੇ ਕਹਿੰਦੇ ਮਿੱਸੇ ਪ੍ਰਸ਼ਾਦੇ ਗੰਢਾ ਅਚਾਰ ਲੈ ਕੇ ਝਾਟੀ ਲੱਸੀ ਦੀ ਸੀਸ ਤੇ ਟਕਾ ਕੇ ਜਦੋਂ ਪਹੁੰਚੇ ਭੀੜ ਦੀ ਧਰਤੀ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਝਾਟੀ ਦੀ ਲੱਸੀ ਉਤਾਰੀ ਸੀਸ ਤੋਂ ਹੱਥ ਵਿੱਚ ਮਿੱਸੇ ਪ੍ਰਸ਼ਾਦੇ ਗੰਢਾ ਅਚਾਰ ਲਿਆ ਤੇ ਬਾਬਾ ਬੁੱਢਾ ਸਾਹਿਬ ਐਡੇ ਜੋਸ਼ ਦੇ ਵਿੱਚ ਆਏ ਉਹਨਾਂ ਗੰਢੇ ਤੇ ਮੁੱਕੀ ਮਾਰੀ ਤੇ ਡੋਡੀ ਅਸਮਾਨ ਦੇ ਵਿੱਚ ਬਿਜਲੀ ਗਰਜੀ ਤੇ ਬਾਬਾ ਬੁੱਢਾ ਸਾਹਿਬ ਨੇ ਬਚਨ ਕੀਤਾ ਤੁਮਰੇ ਗ੍ਰਹਿ ਪ੍ਰਗਟੇ ਗੋ ਯੋਧਾ ਜਾ ਕਾ ਬਲ ਬੁੱਧ ਕਿਨੂੰ ਨਾ ਸੋਧ ਕਹਿੰਦੇ ਜਿਵੇਂ ਮੈਂ ਆ ਮੁੱਕੇ ਦੇ ਨਾਲ ਆ ਗੰਢਾ ਭੰਨਿਆ ਨਾ ਆਪ ਜੀ ਦੇ ਘਰ ਇਹੋ ਜਿਹਾ ਮਹਾਬਲੀ ਯੋਧਾ ਪੈਦਾ ਹੋਵੇਗਾ ਉਹ ਜਾਬਰਾਂ ਦੇ ਜ਼ਾਲਮਾਂ ਦੇ ਸਿਰ ਭੰਨਿਆ ਕਰੇ ਤੇ ਖਾਲਸਾ ਜੀ ਹੁਣ ਪਿਆਰ ਦੇ ਵਿੱਚ ਸੇਵਾ ਭਾਵਨਾ ਦੇ ਵਿੱਚ ਪੱਥਰ ਨੂੰ ਰੱਬ ਮੰਨ ਕੇ ਭਗਤ ਧੰਨਾ ਜੀ ਪੱਥਰ ਦੇ ਅੱਗੇ ਬਹਿ ਗਏ ਅੱਜ ਲੋਕ ਕਹਿੰਦੇ ਆ ਨਾ ਕਿ ਪੱਥਰ ਚੋਂ ਰੱਬ ਪਾ ਲਿਆ ਭਗਤ ਧੰਨੇ ਅਸਲ ਦੇ ਅੰਦਰ ਨਾ ਉਹਦੀ ਸ਼ਰਧਾ ਸੱਚੀ ਸੀ ਉਹਦਾ ਪਿਆਰ ਉਹਦੀ ਇਬਾਦਤ ਆਪਣੇ ਗੁਰੂ ਦੇ ਪ੍ਰਤੀ ਸੱਚੀ ਸੀ ਭੋਲੇਪਣ ਦੇ ਵਿੱਚ ਬੈਠਾ ਸੀ ਕਹਿੰਦੇ ਇਸ਼ਕ ਇਸ਼ਕ ਆਖਿਆ ਨੀ ਇਸ਼ਕ ਹੁੰਦਾ ਪਤਾ ਇਸ਼ਕ ਦਾ ਇਸ਼ਕ ਦੇ ਡੰਗਿਆਂ ਨੂੰ ਰੰਗ ਰੰਗ ਆਖਿਆ ਨੀ ਰੰਗ ਚੜ੍ਹਦਾ ਪਤਾ ਰੰਗ ਦਾ ਨਾਮ ਚ ਰੰਗਿਆਂ ਨੂੰ ਜੇ ਕਮਾਈਆਂ ਵੇਖਣੀਆਂ ਫਿਰ ਬਾਬਾ ਸ਼ੀਸ਼ਾ ਸਿੰਘ ਜੀ ਦੀਆਂ ਵੇਖ ਜਦੋਂ ਨਦਰਾਂ ਹੋ ਗਈਆਂ ਮਹਾਂਪੁਰਖਾਂ ਦੀਆਂ ਤਨ ਮਨ ਫਿਰ ਸੌਂਪ ਦਿੱਤਾ ਮਹਾਂਪੁਰਖਾਂ ਨੇ ਤੇ ਫਿਰ ਉਹ ਸੇਵਾ ਦੇ ਵਿੱਚ ਮਗਨ ਹੋ ਗਏ ਫਿਰ ਐਡੀ ਸੇਵਾ ਐਡੀਆਂ ਬਰਕਤਾਂ ਜੇ ਮਿੱਟੀ ਨੂੰ ਹੱਥ ਪਾਇਆ ਤੇ ਫਿਰ ਉਹਨੂੰ ਵੀ ਸੋਨਾ ਬਣਾ ਕੇ ਰੱਖ ਦਿੱਤਾ ਤੇ ਖਾਲਸਾ ਜੀ ਇਸ਼ਕ ਇਸ਼ਕ ਆਖਿਆ ਨੀ ਇਸ਼ਕ ਹੁੰਦਾ ਪਤਾ ਇਸ਼ਕ ਦਾ ਇਸ਼ਕ ਦੇ ਡੰਗਿਆਂ ਨੂੰ ਰੰਗ ਰੰਗ ਆਖਿਆ ਨੀ ਰੰਗ ਚੜ੍ਹਦਾ ਰੰਗ ਦਾ ਨਾਮ ਚ ਰੰਗਿਆਂ ਨੂੰ ਕਿਹੜੇ ਭਾ ਸ਼ਹਾਦਤ ਦਾ ਜਾਮ ਮਿਲਦਾ ਪਤਾ ਧਾਰ ਤਲਵਾਰ ਦੀ ਲੰਗਿਆਂ ਨੂੰ ਕੱਕਾ ਆਖ ਦਾ ਕੁਦਰਤੀ ਰੱਬ ਦਿਸੇ ਪਰ ਮੈਂ ਕਿਵੇਂ ਵਿਖਾਵਾਂ ਦੇ ਬੁੱਲਿਆ ਰੱਬ ਤੇਥੋਂ ਵੱਖ ਨਹੀਂ ਤਾਈਓ ਦਿੰਦਾ ਦੱਖ ਨਹੀਂ ਕਿਉਂਕਿ ਤੇਰੀ ਦੇਖਣ ਵਾਲੀ ਅੱਖ
खुदा को देखने वाली आंखें और होती हैं, ये नहीं देख सकती, ये तो कमजोर होती, इन अखां दे नाल परमेश्वर नहीं दिंदा। जे रब मिलता तीर्थ नहाया ते मिलता डडिया मछियां, कहिंदे जे तीर्थां दे नहाया रब मिल जांदा ना फिर ते डडिया मछियां नूं मिल जांदा। जे रब मिलता तीर्थ नहाया मिलता डडिया मछियां, जे रब मिलता जंगल जाया ते फिर मिलता गाइयां बछियां। ओ बुलिया रब उन्हां नूं मिलता नीतां जिन्हां दी अच्छियां, जिन्हां दी नीतां साफ ने। जे कोई हंकार दे विच बैठे कि मैं वेखना परमेश्वर इत्थे आवेगा, परमेश्वर हंकार वालियां कोल आउंदा ही नहीं। जिन्हां दी सच्ची श्रद्धा है, प्यार है, जिहड़े उहदे प्रेम दे विच बह गए ना, उन्हां ने ते फिर पत्थर नूं ही रब मन्निया ते परमेश्वर दे दर्शन दारे कर ले। भगत धन्ना जी पत्थर नूं रब मन के उहदे अगे प्रसादे वाला थाल लै के बैठे बैठे रहे, लम्मा समा लंघिया कहिंदे परमेश्वर दे आउंदा ही नहीं। पंडित कहिंदा सी कि रोज आउंदा, मेरा प्रसादा भी छकदा ते जो मैं मंगदा उह मैनूं दातां मिलदियां, पर इत्थे नहीं आया, प्रसादा ते ठंडा हो गया, दुबारा गया, फिर कहिंदा मां मेरे सच्चे पातशाह जी दे लई, अकाल पुरख दे लई, उस रब दे लई प्रसादे ताजे ताजे ला, इह ते ठंडे हो गए ते फिर ताजे प्रसादे लुहाए मक्खन लाया, फिर गर्म करके प्रसादा लेके बह गए। रब फिर नहीं आया ते फिर कहिंदा वी अज गल इदां ही आ, हुण जट्टां वाली अड़ी करनी, कहिंदा जदों तक नहीं आउंदा, जदों तक दर्शन नहीं दिंदा ना ते प्रसादा हुण मैं भी नहीं छकदा, बेशक मेरी जान निकल जी, बेशक भुखा रह के हुण मर जावां, पर जदों तक परमेश्वर जी ਤੁਸੀਂ ਆ ਕੇ ਮੈਨੂੰ ਦਰਸ਼ਨ ਨਹੀਂ ਦਿੰਦੇ, ਮੇਰਾ ਪ੍ਰਸ਼ਾਦਾ ਨਹੀਂ ਛਕਦੇ, ਉਦੋਂ ਤੱਕ ਇੱਕ ਅੰਨ ਦਾ ਦਾਣਾ ਮੂੰਹ 'ਚ ਪਾਵਾਂਗਾ ਨਹੀਂ। ਤੇ ਹੁਣ ਉਹਦੀ ਸੱਚੀ ਇਬਾਦਤ, ਸੱਚੀ ਸ਼ਰਧਾ, ਸੱਚਾ ਪਿਆਰ ਵੇਖ ਕੇ ਪਰਮੇਸ਼ਰ ਨੂੰ ਧਰਤੀ 'ਤੇ ਆਉਣਾ ਪਿਆ, ਭਾਵੇਂ ਕ੍ਰਿਸ਼ਨ ਦੇ ਰੂਪ ਦੇ ਵਿੱਚ ਆ ਕੇ ਦਰਸ਼ਨ ਦਦਾਰੇ ਦਿੱਤੇ ਭਗਤ ਧੰਨੇ ਨੂੰ, ਦਰਸ਼ਨ ਦਦਾਰੇ ਦਿੱਤੇ ਨਾ ਤੇ ਤਨ ਮਨ ਸੀਤਲ ਹੋ ਗਿਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਇਆ। ਮਨ ਤਨ ਜਦੋਂ ਸੀਤਲ ਹੋਇਆ ਨਾ ਦਰਸ਼ਨ ਕਰਕੇ ਖਾਲਸਾ ਜੀ ਉਹ ਨੂਰੀ ਚਿਹਰੇ ਦੇ ਤੇ ਧੰਨਾ ਤ੍ਰਿਪਤ ਹੋ ਗਿਆ ਤੇ ਕਹਿੰਦਾ ਪ੍ਰਸ਼ਾਦਾ ਲਈ ਬੈਠਾ ਤੁਸਾਂ ਲਈ ਤੇ ਛਕੋ ਪ੍ਰਸ਼ਾਦਾ। ਉਹ ਜਦੋਂ ਪ੍ਰਸ਼ਾਦਾ ਛਕਦੇ ਆ ਨਾ ਉਦੋਂ ਪ੍ਰਸ਼ਾਦਾ ਇੱਕ ਅੱਧਾ ਰਹਿ ਗਿਆ ਤੇ ਭੋਲੇਪਣ ਦੇ ਵਿੱਚ ਕਹਿੰਦਾ ਮੇਰੇ ਜੋਗਾ ਵੀ ਕੁਝ ਛੱਡ ਦੇ, ਮੈਂ ਵੀ ਦਿਖਾਣਾ ਥੋੜਾ ਜਿਹਾ ਮੇਰੇ ਜੋਗਾ ਵੀ ਛੱਡ ਦੇ। ਪਰ ਜਦੋਂ ਭਗਤ ਜੀ ਨੇ ਇਹ ਗੱਲ ਕਹੀ ਨਾ ਤੇ ਉਸ ਅਕਾਲ ਪੁਰਖ ਨੇ ਜਦੋਂ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਪ੍ਰਸ਼ਾਦਾ ਛਕਿਆ ਨਾ ਤੇ ਜਿਹੜਾ ਉਹ ਸ਼ੀਤ ਪ੍ਰਸ਼ਾਦ ਭਗਤ ਧੰਨੇ ਦੇ ਮੂੰਹ ਦੇ ਵਿੱਚ ਪਾਇਆ ਤਰਲੋਕੀ ਦਾ ਗਿਆਨ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਰਲੋਕੀ ਦਾ ਗਿਆਨ ਹੋ ਗਿਆ ਤੇ ਪੁੱਛਦੇ ਨੇ ਅਕਾਲ ਪੁਰਖ ਜੀ ਧੰਨਿਆ ਤੇਰੀ ਭਗਤੀ ਪ੍ਰਵਾਣੀ, ਕੁਝ ਮੰਗ ਲੈ। ਫਿਰ ਮੰਗਿਆ ਕੀ? ਕਹਿੰਦਾ ਮਹਾਰਾਜ ਕੁਝ ਦੇਣਾ ਚਾਹੁੰਦੇ ਹੋ? ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰ।
ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀ। ਕਹਿੰਦਾ ਦਾਲ ਆਟਾ ਤੇ ਘਿਓ ਹੀ ਚਾਹੀਦਾ। ਕਹਿੰਦਾ ਜਿਹੜੇ ਤੇਰੀ ਇਬਾਦਤ ਕਰਦੇ ਨੇ ਨਾ ਉਹਨਾਂ ਦੇ ਤੂੰ ਕਾਜ ਸਵਾਰ ਦਾ। ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ, ਪਰ ਹਾਂ ਨਿਰਲਾ ਸਵੱਛ ਸਵੱਛ ਜਿਹੜਾ ਹਿਰਦਾ ਹੈ ਨਾ ਉਹ ਨਿਰਮਲ ਚਾਹੀਦਾ, ਸਵੱਛ ਚਾਹੀਦਾ। ਫੇਰ ਇਬਾਦਤ ਕਰਕੇ ਵੇਖ, ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ, ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ ਬਣਦੀ ਏ, ਕਿਸੇ ਦੀ ਕੱਲ ਬਣਦੀ। ਕਹਿੰਦਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰ। ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸੀਗ। ਕੀ ਆਖਿਆ? ਕਹਿੰਦਾ ਜੋੜਾ ਅਨਾਜ ਤੇ ਖਾਲਸਾ ਜੀ, ਕਹਿੰਦਾ ਜੋੜਾ ਅਨਾਜ ਸਤ ਭੰਤਾਂ ਦਾ ਚਾਹੀਦਾ। ਇੱਕ ਤਾਜਨ ਤੁਰੀ ਚੰਗੇਰੀ। ਕੀ ਆਖਿਆ? ਕਹਿੰਦਾ ਇੱਕ ਸਵਾਰੀ ਕਰਨ ਵਾਸਤੇ ਘੋੜੀ ਚਾਹੀਦੀ ਆ ਤੇ ਇੱਕ ਮੱਝ ਜਾਂ ਫਿਰ ਗਾਂ ਚਾਹੀਦੀ। ਤਾਜਨ ਤੁਰੀ ਚੰਗੇਰੀ ਤੇ ਨਾਲੇ ਆਖਿਆ ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਕਹਿੰਦਾ ਮਹਾਰਾਜ ਇੱਕ ਮੰਗ ਹੋਰ ਆ, ਚੰਗੀ ਘਰ ਵਾਲੀ ਚਾਹੀਦੀ ਆ ਜਿਹੜੀ ਮੇਰੇ ਘਰ ਨੂੰ ਸਾਂਭੇ। ਤੇ ਖਾਲਸਾ ਜੀ ਅੱਜ ਆਪਾਂ ਪੜ੍ਹਦੇ ਆ ਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਵੇਰੀ। ਗਊ ਜਮਜ ਇੱਕ ਤਾਜਨ ਤੁਰੀ ਚੰਗੇਰੀ, ਇੱਕ ਸਵਾਰੀ ਕਰਨ ਵਾਸਤੇ ਮੈਨੂੰ ਘੋੜੀ ਚਾਹੀਦੀ ਹੈ ਤੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਇਹ ਦਾਤਾਂ ਮੇਰੇ ਮਹਾਰਾਜ ਤੋਂ ਮੰਗੀਆਂ। ਮਾਰਦ ਕਹਿੰਦੇ ਸਭ ਕੁਝ ਬਖਸ਼ਦਾ ਤੇ ਹੋਰ ਕੁਝ? ਕਹਿੰਦਾ ਬਸ ਇੱਕ ਬੇਨਤੀ ਹੋਰ ਆ, ਜਦੋਂ ਮੈਂ ਤੈਨੂੰ ਬੁਲਾਵਾਂ ਨਾ ਬਸ ਦਰਸ਼ਨ ਦੇ ਜਾ, ਜਦੋਂ ਯਾਦ ਕਰਾਂ ਦਰਸ਼ਨ ਦੇ ਜਾ ਕਰ। ਤੇ ਲੋ ਜੀ ਉਹ ਲਾਈਨਾਂ ਬੜੀਆਂ ਪਿਆਰੀਆਂ ਨੇ ਕਿ ਐ ਪਰ ਸੱਚ ਧੰਨੇ ਦਾ, ਸੱਚਾ ਸੀ ਨਾ ਐ ਪਰ ਸੱਚ ਧੰਨੇ ਦਾ ਦੇਖੋ ਕੈਸਾ ਰੰਗ ਲਿਆਇਆ। ਓੜਕ ਨੂੰ ਧੰਨੇ ਨੇ ਸੱਚੇ ਸਿਦਕ ਨਾਲ ਰੱਬ ਪਾਇਆ, ਓੜਕ ਨੂੰ ਧੰਨੇ ਨੇ ਸੱਚੇ ਸਿਦਕ ਨਾਲ ਰੱਬ ਪਾਇਆ। ਜਿਵੇਂ ਪਰਮੇਸ਼ਰ ਨੂੰ ਪਾਇਆ ਭਗਤ ਧੰਨੇ ਨੇ, ਉਸ ਵੇਲੇ ਦੀਆਂ ਸਤਰਾਂ ਆਓ ਜਥੇ ਤੋਂ ਸੁਣਦੇ ਹੀ ਜਾਓ। ਇੱਕ ਪਾਸੇ ਪੰਡਤ
ਸੀ ਇੱਕ ਪਾਸੇ ਪੰਡਿਤ ਸੀ ਜਿਸਨੇ ਕੀਤੀ ਸੀ ਚਤੁਰਾਈ ਪਰ ਪੰਡਿਤ ਹੋ ਕੇ ਵੀ ਉਹਨੂੰ ਕੋਈ ਸੋਝੀ ਨਾ ਆਈ ਹੋ ਪਰ ਪੰਡਿਤ ਹੋ ਕੇ ਵੀ ਉਹਨੂੰ ਕੋਈ ਸੋਝੀ ਨਾ ਆਈ ਸੱਚ ਹਿਰਦੇ ਨੂੰ ਦਰਸ਼ਨ ਦੇਤੇ ਰੱਬ ਨੇ ਆ ਕੇ ਉਹ ਤੱਕ ਕੇ ਸੱਚ ਹਿਰਦੇ ਨੂੰ ਦਰਸ਼ਨ ਦੇਤੇ ਰੱਬ ਨੇ ਆ ਕੇ ਪਾਣੀ ਵਿੱਚ ਤੰਨੇ ਨੇ ਉਸੇ ਰੱਬ ਦਾ ਭੇਤ ਬਤਾਇਆ ਹੁਣ ਕਨੂੰ ਤੰਨੇ ਨੇ ਸੱਚੇ ਸਿਦਕ ਨਾਲ ਰੱਬ ਪਾਇਆ ਹੋ ਹੁਣ ਕਨੂੰ ਤੰਨੇ ਨੇ ਸੱਚੇ ਸਿਦਕ ਨਾਲ ਰੱਬ ਪਾਇਆ ਰੱਬ ਅੰਦਰ ਵਸਦਾ ਹੈ ਇਹ ਸੱਚ ਸਮਝਣ ਲੋਕ ਸਿਆਣੇ ਆ ਰੱਬ ਅੰਦਰ ਵਸਦਾ ਹੈ ਇਹ ਸੱਚ ਸਮਝਣ ਲੋਕ ਸਿਆਣੇ ਰੱਬ ਅੰਦਰ ਵਸਦਾ ਹੈ ਇਹ ਸੱਚ ਸਮਝਣ ਲੋਕ ਸਿਆਣੇ ਸਭ ਸ੍ਰਿਸ਼ਟੀ ਉਸੇ ਦੀ ਸਭ ਸ੍ਰਿਸ਼ਟੀ ਉਸੇ ਦੀ ਸਭ ਸ੍ਰਿਸ਼ਟੀ ਉਸੇ ਦੀ ਜਲ ਥਲ ਪਰਬਤ ਉਸ ਬਣਾਇਆ ਹੁਣ ਕਨੂੰ ਧੰਨੇ ਨੇ ਸੱਚੇ ਸਿਦਕ ਨਾਲ ਰੱਬ ਪਾਇਆ ਹੁਣ ਕਨੂੰ ਧੰਨੇ ਨੇ ਸੱਚੇ ਸਿਦਕ ਨਾਲ ਰੱਬ ਪਾਇਆ
ਰੱਬ ਤੋਂ ਮੰਗ ਲਿਆ ਬਾਕੀ ਚੀਜ਼ ਛੱਡੀ ਨਾ ਕੋਈ ਭਗਤਾਂ ਵਿੱਚ ਗਿਣਤੀ ਹੈ ਸਾਦੇ ਧਾਨੇ ਜੱਟ ਦੀ ਹੋਈ ਸਭ ਰੱਬ ਤੋਂ ਮੰਗ ਲਿਆ ਬਾਕੀ ਚੀਜ਼ ਛੱਡੀ ਨਾ ਕੋਈ ਉਹਨੇ ਚੀਜ਼ ਛੱਡੀ ਨਾ ਕੋਈ ਭਗਤਾਂ ਦੀ ਮੋੜੇ ਉਹ ਬਚਨ ਕਮਾਵੋ ਜੀ ਜਿਹੜਾ ਰੱਬ ਸੱਚੇ ਨਾਲ ਜੋੜੇ ਜੀ ਸ਼ਰਧਾ ਦੇ ਨਾਲ ਪਰਮੇਸ਼ਰ ਨੂੰ ਪਾ ਲਿਆ। ਖਾਲਸਾ ਜੀ ਕਹਿੰਦੇ ਉਹ ਨਿਰਗੁਣ ਸਰੂਪ ਵੀ ਆ ਸਰਗੁਣ ਸਰੂਪ ਵੀ। ਸਰਗੁਣ ਸਰੂਪ ਦੇ ਵਿੱਚ ਦਰਸ਼ਨ ਦਿਦਾਰੇ ਕੀਤੇ ਭਗਤ ਧੰਨੇ ਨੇ ਤੇ ਫਿਰ ਨਿਰਗੁਣ ਰੂਪ ਦੇ ਵਿੱਚ ਜੁੜਿਆ ਭਗਤ ਧੰਨਾ। ਤੇ ਖਾਲਸਾ ਜੀ ਜਦੋਂ ਪੁੱਛਿਆ ਭਗਵਾਨ ਜੀ ਨੇ ਕਿ ਦੱਸੋ ਕੀ ਚਾਹੀਦਾ, ਕਹਿੰਦਾ ਜੀ ਬਸ ਜਦੋਂ ਮੈਂ ਯਾਦ ਕਰਾਂ ਨਾ ਦਰਸ਼ਨ ਦਿਦਾਰੇ ਦੇ ਜਿਆ ਕਰੋ। ਤੇ ਹੁਣ ਭਗਤ ਧੰਨਾ ਜੀ ਜਿਹਨਾਂ ਨੂੰ ਤਰਲੋਕੀ ਦਾ ਗਿਆਨ ਹੋਇਆ ਨਾ ਤੇ ਫਿਰ ਹੱਥੀ ਕਿਰਤ ਕਰਦੇ ਆ, ਗਾਵਾਂ ਮੱਝਾਂ ਚਾਰਦੇ ਹਨ। ਇੱਕ ਦਿਨ ਗਾਵਾਂ ਚਾਰਦਿਆਂ ਨੂੰ ਉਹ ਪੰਡਿਤ ਮਿਲਿਆ, ਪੰਡਿਤ ਤਰਲੋਚਨ। ਤਰਲੋਚਨ ਨੇ ਭਗਤ ਧੰਨੇ ਨੂੰ ਕੋਲ ਬੁਲਾ ਲਿਆ, ਕਹਿੰਦਾ ਹਾਂ ਵੀ ਜੱਟਾ ਦੱਸ ਜਿਹੜਾ ਠਾਕਰ ਲੈ ਕੇ ਆਇਆ ਉਹਦੀ ਪੂਜਾ ਕਰਨੀ ਆਈ ਕਿ ਨਹੀਂ, ਪਰਮੇਸ਼ਰ ਮਿਲਿਆ ਕਿ ਨਹੀਂ। ਕਹਿੰਦਾ ਹਾਂਜੀ ਪਰਮੇਸ਼ਰ ਦੇ ਮਿਲ ਗਏ। ਕਹਿੰਦਾ ਉਹ ਤੇ ਹੁਣ ਪਹਿਲਾਂ ਨਾਲੋਂ ਵੀ ਜਿਹੜਾ ਤੁਸੀਂ ਠਾਕਰ ਦਿੱਤਾ ਸੀ ਨਾ ਪਹਿਲਾਂ ਨਾਲੋਂ ਵੀ ਨਰੂਆ ਹੋ ਗਿਆ, ਕੱਦ ਕਾਠ ਵੀ ਉਹਦਾ ਚੰਗਾ ਤੇ ਗਾਉਂਦਾ ਵੀ ਬੜਾ ਸੋਹਣਾ, ਜਦੋਂ ਬੰਸਰੀ ਵਜਾਉਂਦਾ ਨਾ ਆਨੰਦ ਹੀ ਆਨੰਦ ਵਰਤਦਾ। ਉਹ ਕਹਿੰਦਾ ਅੱਛਾ, ਕਹਿੰਦਾ ਮੈਂ ਦਰਸ਼ਨ ਦਿਦਾਰੇ ਕਰ ਸਕਦਾ? ਕਹਿੰਦਾ ਆ ਜਾ ਤੈਨੂੰ ਦਰਸ਼ਨ ਦਿਦਾਰੇ ਕਰਾਵਾਂ। ਜਦੋਂ ਦਰਸ਼ਨ ਦਿਦਾਰੇ ਪੰਡਿਤ ਨੂੰ ਕਰਵਾਉਣ ਵਾਸਤੇ ਭਗਤ ਧੰਨਾ ਜੀ ਜੰਗਲ ਦੇ ਵਿੱਚ ਲੈ ਗਏ ਨਾ ਜਿੱਥੇ ਕ੍ਰਿਸ਼ਨ ਭਗਵਾਨ ਜੀ ਬੰਸਰੀ ਵਜਾ ਰਹੇ ਆ, ਭਗਤ ਧੰਨੇ ਨੇ ਕਿਉਂਕਿ ਜਿਹੜਾ ਸੱਚਾ ਸੀ ਜਿਹਦਾ ਹਿਰਦਾ ਨਿਰਮਲ ਸੀ ਉਹਨੇ ਉਸ ਪਰਮੇਸ਼ਰ ਨੂੰ ਪਾਇਆ ਤੇ ਉਹਨੂੰ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਹੋ ਰਹੇ। ਪਰ ਜਿਹੜਾ ਪੰਡਿਤ ਤਰਲੋਚਨ ਖੜਾ ਨਾ ਉਹ ਕਹਿੰਦਾ ਨਾ ਤੇ ਮੈਨੂੰ ਬੰਸਰੀ ਦੀ ਆਵਾਜ਼ ਕੰਨਾਂ 'ਚ ਪੈਂਦੀ ਤੇ ਨਾ ਮੈਨੂੰ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਹੋ ਰਹੇ। ਤੇ ਫਿਰ ਭਗਤ ਧੰਨੇ ਨੇ ਇੱਕ ਗੱਲ ਕਹੀ, ਕਹਿੰਦਾ ਪੰਡਿਤ ਜੀ ਨਾਮ ਰੱਖਿਆ ਤਰਲੋਚਨ ਤਿੰਨ ਲੋਚਨਾ ਵਾਲਾ ਪਰ ਦਿਸਦਾ ਤੈਨੂੰ ਇੱਕ ਅੱਖ ਵਾਲਾ ਵੀ ਨਹੀਂ, ਉਹ ਪਰਮੇਸ਼ਰ ਦੇ ਉਹ ਸਾਹਮਣੇ ਖੜਾ ਪਰ ਤੈਨੂੰ ਨਹੀਂ ਦਿਸਦਾ ਕਿਉਂਕਿ ਤੂੰ ਲਾਲਚੀ ਸੀ, ਤੂੰ ਲਾਲਚ ਵਸ ਹੋ ਕੇ ਮੈਨੂੰ ਉਹ ਵੱਟਾ ਦਿੱਤਾ, ਮੈਨੂੰ ਉਹ ਪੱਥਰ ਦਿੱਤਾ ਕਿ ਪੱਥਰ ਨੂੰ ਪੂਜ, ਪਰ ਉਹਦੀ ਸ਼ਰਧਾ ਸੱਚੀ ਸੀ ਜਿਹਦੇ ਕਰਕੇ ਪਰਮੇਸ਼ਰ ਨੇ ਆ ਕੇ ਭਗਤ ਧੰਨੇ ਨੂੰ ਫਿਰ ਦਰਸ਼ਨ ਦਿਦਾਰੇ ਦਿੱਤੇ। ਭਗਤ ਧੰਨਾ ਜੀ ਫਿਰ ਕਾਂਸ਼ੀ ਦੀ ਧਰਤੀ ਤੇ ਜਾਂਦੇ ਆ, ਰਾਮਾਨੰਦ ਜੀ ਨੂੰ ਆਪਣਾ ਗੁਰੂ ਬਣਾਉਂਦੇ ਆ ਤੇ ਫਿਰ ਇਬਾਦਤ ਦੇ ਵਿੱਚ ਲੱਗ ਜਾਂਦੇ ਆ, ਜਿਨ੍ਹਾਂ ਦੇ ਚਾਰ ਸ਼ਬਦ, ਦੋ ਸ਼ਬਦ ਰਾਗ ਆਸਾ ਚ, ਇੱਕ ਧਨਾਸਰੀ ਚ ਤੇ ਇੱਕ
ਆਰਤਾ ਜਿਹੜਾ ਧੰਨੇ ਨੇ ਉਚਾਰਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਧੰਨਾ ਜੀ ਦੀ ਬਾਣੀ ਦਰਜ ਹੈ। ਐਸੇ ਮਹਾਨ ਭਗਤਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰੋ ਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਆ ਨਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਆਪਣੇ ਭਗਤਾਂ ਦੀ ਸੱਚਿਆ ਪਾਤਸ਼ਾਹ ਤੂੰ ਯੁਗੋ ਯੁਗ ਪੈਜ ਰੱਖਦਾ ਆਇਆ। ਹੇ ਪਾਲਕ ਦੁਨੀਆਂ ਦੇ ਧੰਨਾ ਆਰਤਾ ਤੇਰਾ ਵਰਦਾ, ਲੋੜਾਂ ਰੁਜ਼ਗਾਰ ਦੀਆਂ ਪੂਰਨ ਹੇਤ ਬੇਨਤੀ ਕਰਦਾ, ਲੋੜਾਂ ਰੁਜ਼ਗਾਰ ਦੀਆਂ ਪੂਰਨ ਹੇਤ ਬੇਨਤੀ ਕਰਦਾ। ਇਹ ਪੇਟ ਮੂਰਤੀ ਲਈ ਮੰਗਦਾ ਹੋਰ ਨਹੀਂ ਸਰਮਾਇਆ, ਤੂੰ ਆਪਣੇ ਭਗਤਾਂ ਦੀ ਪੈਜ ਜੁਗੋ ਜੁਗ ਰੱਖਦਾ ਆਇਆ। ਤੂੰ ਆਪਣੇ ਭਗਤਾਂ ਦੀ ਪੈਜ ਜੁਗੋ ਜੁਗ ਰੱਖਦਾ ਆਇਆ, ਜਿਹੜੇ ਉਹਦੀ ਸਿਫਤੋ ਸਲਾਹ ਉਹਦੀ ਬੰਦਗੀ ਕਰਦੇ ਨੇ ਉਹ ਤਰ ਜਾਂਦੇ ਨੇ, ਜਿਹੜਾ ਖਾਲਸਾ ਜੀ ਉਹਨੂੰ ਹਾਜ਼ਰ ਨਜ਼ਰ ਮੰਨਦਾ ਨਾ, ਜਿਹੜਾ ਉਹਦੀ ਸੱਚੀ ਬੰਦਗੀ ਇਬਾਦਤ ਕਰਦਾ ਨਾ, ਤੇ ਪਰਮੇਸ਼ਰ ਆ ਕੇ ਉਹਨੂੰ ਦਰਸ਼ਨ ਦਿਦਾਰੇ ਦਿੰਦੇ। ਤੇ ਆਓ ਉਹ ਬੜੇ ਪਿਆਰੇ ਬੋਲ, ਤੂੰ ਆਪਣੇ ਭਗਤਾਂ ਦੀ ਪੈਜ ਜੁਗੋ ਜੁਗ ਰੱਖਦਾ ਆਇਆ, ਤੁਹਾਡੀ ਬਿਨਾਂ ਤੂੰ ਕਿੰਜ ਸੀ। ਰੱਖਦਾ ਪੈਜ ਜੁਗੋ ਜੁਗ, ਤੂੰ ਆਪਣੇ ਭਗਤਾਂ ਦੀ ਰੱਖਦਾ ਪੈਜ ਜੁਗੋ ਜੁਗ ਆਇਆ। ਹੇ ਬਾਲਕ ਦੁਨੀਆਂ ਦੇ ਧੰਨਾ ਆਰਤਾ ਤੇਰਾ ਵਰਦਾ, ਲੋੜਾਂ ਰੁਜ਼ਗਾਰ ਦੀਆਂ ਪੂਰਨ ਹਿੱਤ ਬੇਨਤੀ ਕਰਦਾ, ਲੋੜਾਂ ਰੁਜ਼ਗਾਰ ਦੀਆਂ ਪੂਰਨ ਹਿੱਤ ਬੇਨਤੀ ਕਰਦਾ। ਤੂੰ ਆਪਣੇ ਭਗਤਾਂ ਦੀ ਰੱਖਦਾ ਪੈਜ ਜੁਗੋ ਜੁਗ ਆਇਆ। ਜਿਹੜੇ ਤੂੰ ਪਰਮ ਸੇਵਕਾਂ ਦੇ ਕਰਦਾ ਪਾਰ ਪੱਤਣ ਤੋਂ ਵੇੜੇ, ਤੂੰ ਪਰਮ ਸੇਵਕਾਂ ਦੇ ਕਰਦਾ ਪਾਰ ਪੱਤਣ ਤੋਂ ਵੇੜੇ, ਤੈਂ ਸਭ ਸੁੱਖ ਦੁਨੀਆਂ ਦਾ ਉਹਨਾਂ ਦੀ ਜਾਲੀ ਦੇ ਵਿੱਚ ਪਾਇਆ। ਰੱਖਦਾ ਪੈਜ ਜੁਗੋ ਜੁਗ ਆਇਆ, ਹਾਂ ਤੂੰ ਆਪਣੇ ਭਗਤਾਂ ਦੀ ਰੱਖਦਾ ਪੈ Thank you.
ਤਲੇਦਾਰ ਸੀਸ ਪੱਗ ਸੋਵੇ, ਪੈਰਾਂ ਵਿੱਚ ਪਾਉਣ ਲਈ ਜੁੱਤੀ ਹੰਢਣ ਸਾਰ ਜਿਹੀ ਹੋਵੇ, ਪੈਰਾਂ ਵਿੱਚ ਪਾਉਣ ਲਈ ਜੁੱਤੀ ਹੱਢਣ ਸਾਰ ਜਿਹੀ ਹੋਵੇ। ਹੋਵੇ ਸਵਾਰੀ ਲਈ ਬਹੁਤ ਚਲਾਕ ਅਰਬ ਦੀ ਕੌੜੀ, ਹਾਂ ਦੇ ਦੋ ਲਵੇਰੀਆਂ ਵੀ ਸੋਹਣੀ ਇੱਕ ਪਹਿਲਾਂ ਦੀ ਜੋੜੀ, ਇੱਕ ਹੋਵੇ ਸਵਾਰੀ ਲਈ ਬਹੁਤ ਚਲਾਕ ਅਰਬ ਜੀ ਘੋੜੀ, ਇੱਕ ਹੋਵੇ ਸਵਾਰੀ ਲਈ ਬਹੁਤ ਚਲਾਕ ਅਰਬ ਜੀ ਘੋੜੀ। ਤੂੰ ਆਪਣੇ ਭਗਤਾਂ ਦੀ ਰੱਖਦਾ ਪੈਜ ਜੁਗੋ ਜੁਗ ਆਇਆ, ਬਹੁਤ ਸਿਆਣੀ ਸੁਆਣੀ ਘਰ ਬਾਰ ਸੁਹਾ ਦੇਵੇ, ਜਿਹੜੀ ਬਣ ਕੇ ਘਰ ਦੀ ਰਾਣੀ, ਘਰ ਬਾਰ ਸੁਹਾ ਦੇਵੇ, ਜਿਹੜੀ ਬਣ ਕੇ ਘਰ ਦੀ ਰਾਣੀ। ਘਰ ਸਾਧੂ ਸੰਤ ਆਇਆ, ਘਰ ਸਾਧੂ ਸੰਤ ਆਇਆ, ਘਰ ਸਾਧੂ ਸੰਤ ਆਇਆ, ਮੁੰਡੇ ਨਾ ਧਰਮ ਖਾਤਰ ਆਇਆ, ਤੂੰ ਆਪਣੇ ਭਗਤਾਂ ਦੀ ਰੱਖਦਾ ਪੈਜ ਜੁਗੋ ਜੁਗ ਆਇਆ, ਤੂੰ ਆਪਣੇ ਭਗਤਾਂ ਦੀ ਰੱਖਦਾ ਪੈਜ ਜੁਗੋ ਜੁਗ, ਤੂੰ ਆਪਣੇ ਭਗਤਾਂ ਦੀ ਰੱਖਦਾ ਪੈਜ ਜੁਗੋ ਜੁਗ, ਰੱਖਦਾ ਪੈਜ ਜੁਗੋ ਜੁਗ, ਹੋ ਰੱਖਦਾ ਪੈਜ ਜੁਗੋ ਜੁਗ ਆਇਆ, ਹੋ ਰੱਖਦਾ ਪੈਜ ਜੁਗੋ ਜੁਗ ਆਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ, ਪ੍ਰਹਿਲਾਦ ਜੰਤੁਦ ਰੱਖ ਲਈਏ ਹਰ ਜੀਓ, ਹਰਨਾਕ ਸਮਾਰ ਪਚਾਏ।
ਖਾਲਸਾ ਜੀ, ਧੰਨ ਧੰਨ ਭਗਤ ਧੰਨਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰੋ ਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖਾਲਸਾ ਜੀ, ਨਵੰਬਰ ਦੇ ਵਿੱਚ ਡਾਚਰ ਦੀ ਧਰਤੀ ਤੇ ਹਾਜ਼ਰੀ ਭਰਾਂਗੇ ਤੇ ਆਓ ਜੋ ਵੀਰਾਂ ਵੱਲੋਂ ਹੁਕਮ ਹੋਇਆ ਮੈਂ ਨਗਮਾ ਕਹਿਣ ਲੱਗਾ, ਫੋਟੋ ਜਿਹਦੀ ਕਰਨੇ ਨੂੰ ਬੈਨ ਫਿਰਦੇ ਉਹਨੂੰ ਅਸੀਂ ਦਿਲ ਚ ਵਸਾਈ ਬੈਠੇ। ਸਮੇਂ ਦੀਆਂ ਸਰਕਾਰਾਂ ਨੇ ਉਹ ਨਗਮਾ ਬੈਨ ਕਰ ਦਿੱਤਾ, ਕਿਉਂਕਿ ਬੰਦੂਕ ਤੋਂ ਦੁਨੀਆ ਡਰਦੀ ਆ, ਸ਼ਮਸ਼ੀਰ ਤੋਂ ਦੁਨੀਆ ਡਰਦੀ, ਸੱਪ ਦੀ ਲਕੀਰ ਤੋਂ ਦੁਨੀਆ ਡਰਦੀ ਆ ਤੇ ਸ਼ੇਰ ਦੀ ਦਹਾੜ ਤੋਂ ਦੁਨੀਆ ਡਰਦੀ, ਦੁੱਧ ਮੱਖਣਾ ਨਾਲ ਪਲੇ ਸਰੀਰ ਤਕੜੇ ਸਰੀਰ ਤੋਂ ਦੁਨੀਆ ਡਰਦੀ ਆ। ਸੋਚ ਲਓ ਕਿੱਡਾ ਯੋਧਾ ਹੋ ਭਿੰਡਰਾਂ ਵਾਲਾ ਜੀ ਦੀ ਤਸਵੀਰ ਤੋਂ ਹੀ ਦੁਨੀਆ ਡਰਦੀ ਡਰਦੀ ਆ। ਤੇ ਮੈਂ ਬੇਨਤੀ ਕਰਾਂ ਆਉਣ ਵਾਲੀ 8 ਸਤੰਬਰ ਨੂੰ ਜੋ ਦਾਣਾ ਮੰਡੀ ਕਰਨਾਲ ਉੱਥੇ ਬਹੁਤ ਵੱਡੀ ਪੰਥਕ ਇਕੱਤਰਤਾ ਹੋ ਰਹੀ ਹੈ, ਆਪਣੇ ਹੱਕਾਂ ਦੇ ਲਈ ਜਾਗਣਾ ਪਵੇਗਾ। ਖਾਲਸਾ ਜੀ, ਹੱਕ ਸੱਚ ਦੀ ਲੜਾਈ ਲਈ ਜੋ ਸਾਡੇ ਅਧਿਕਾਰ ਨੇ ਉਹ ਸਾਨੂੰ ਮਿਲਣੇ ਚਾਹੀਦੇ, ਉਹਦੇ ਲਈ ਬਹੁਤ ਵੱਡੀ ਇਕੱਤਰਤਾ 8 ਸਤੰਬਰ ਨੂੰ ਕਰਨਾਲ ਦੀ ਧਰਤੀ ਤੇ ਅਨਾਜ ਮੰਡੀ ਦੇ ਵਿੱਚ ਹੋ ਰਹੀ ਆ। ਸਾਡਾ ਜਥਾ ਤੇ ਗਿਆਨੀ ਸੁਖਪ੍ਰੀਤ ਸਿੰਘ ਉਧੋ ਗਏ, ਅਸੀਂ ਹਾਜ਼ਰ ਹੀ ਹਾਂ ਭਰਨ ਵਾਸਤੇ ਆ ਰਹੇ ਹਾਂ। ਤੇ ਪੰਥ ਦਾ ਚੜ੍ਹਦੀ ਕਲਾ ਦਾ ਇਤਿਹਾਸ ਕਿਵੇਂ, ਉਦੋਂ ਬੇਸ਼ੱਕ 12 ਮਿਸਲਾਂ ਆਪਸ ਦੇ ਵਿੱਚ ਵੰਡੀਆਂ ਪੈ ਚੁੱਕੀਆਂ ਸਨ, ਪਰ ਜਦੋਂ ਪੰਥ ਲਈ ਅੜਨਾ ਖੜਨਾ ਜਾਂ ਮਰਨਾ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੁੰਦੇ ਸੀ। ਕਿਵੇਂ 12 ਮਿਸਲਾਂ ਦੇ ਜਥੇਦਾਰ ਸਰਹੰਦ ਨੂੰ ਫਤਿਹ ਕਰਦੇ, ਪਹਿਲੀ ਵਾਰੀ ਤੁਸੀਂ ਜਾਣਦੇ ਹੋ ਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ, ਦੂਜੀ ਵਾਰੀ ਸਰਹੰਦ ਨੂੰ ਉਚਾੜ ਕੇ ਜਦੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ, ਹਰੀ ਸਿੰਘ ਭੰਗੀ ਵਰਗੇ ਯੋਧੇ, ਥਰਾਜ ਸਿੰਘ ਵਰਗੇ ਯੋਧੇ, ਚੱਕ ਸਿੰਘ ਵਰਗੇ ਯੋਧੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਦਾਦਾ ਜੀ ਨੇ ਸਰਦਾਰ ਚਰਤ ਸਿੰਘ, ਜਿਨ੍ਹਾਂ ਯੋਧਿਆਂ ਨੇ ਸਰਹੰਦ ਨੂੰ ਉਜਾੜ ਕੇ ਜੈਨ ਖਾਂ ਨੂੰ ਗੱਡੀ ਚਾੜ ਕੇ ਵੱਡੇ ਘੱਲੂ ਘਾਰੇ ਦਾ ਬਦਲਾ ਲੈ ਕੇ ਉੱਥੇ ਫਤਿਹਗੜ੍ਹ ਸਾਹਿਬ ਬਣਾਇਆ, ਧੰਨ ਬਾਬਾ ਫਤਿਹ ਸਿੰਘ ਉਹਨਾਂ ਦੇ ਨਾਮ ਤੇ ਫਿਰ ਨਾਂ ਰੱਖਿਆ ਫਤਿਹਗੜ੍ਹ ਸਾਹਿਬ। ਤੇ ਖਾਲਸਾ ਜੀ, ਇੱਦਾਂ ਦੇ ਚੜ੍ਹਦੀ ਕਲਾ ਦੇ ਇਤਿਹਾਸ ਆਪ ਜੀਆਂ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਤੇ ਆਓ ਅੱਜ ਜੋ ਵੀਰਾਂ ਵੱਲੋਂ ਹੁਕਮ ਆ ਨਾ ਕਿ ਫੋਟੋ ਜੀ ਦੀ ਕਰਨੇ ਨੂੰ ਬੈਨ ਫਿਰਦੇ, ਅਸੀਂ ਫੈਨ ਹਾਂ ਭਿੰਡਰਾਂ ਵਾਲੇ, ਗਲ ਪਿਸਟਲ ਤੇ ਹੱਥ ਵਿੱਚ ਤੀਰ ਰੱਖਦਾ ਜੋਸ਼ ਗੱਭਰੂ ਸਿੰਘਾਂ ਨੂੰ ਚੜ ਜਾਂਦਾ, ਐਸੀ ਮੁੱਖ ਚੋਂ ਕੱਢ ਤਕਰੀਰ ਰੱਖਦਾ, ਉਹਦੀ ਸੋਚ ਤੇ ਪੂਰਨੇ ਪਾਵਾਂਗੇ, ਜੋ ਪੰਥ ਦੋਖੀਆਂ ਤੋਂ ਲਕੀਰ ਰੱਖਦਾ, ਓਏ ਬਾਂਦਰ ਪਾੜਦੇ ਆ ਲੱਖਾਂ ਕਾਗਜ਼, ਵੈਰੀ ਪਾੜਦੇ ਆ ਲੱਖਾਂ ਕਾਗਜ਼ ਜੀ, ਪਰ ਲਾਂਡਰਾਂ ਵਾਲਾ ਤਾਂ ਦਿਲ ਚ ਤਸਵੀਰ ਰੱਖਦਾ, ਕਾਮਾਂ ਦੀਆਂ ਡਾਰਾਂ ਕਿੱਥੋਂ ਕਰ ਲੈਣੀ ਰੀਸ, ਕਾਮਾਂ ਦੀਆਂ ਡਾਰਾਂ ਕਿੱਥੋਂ ਕਰ ਲੈਣੀ ਰੀਸ, ਉੱਚੀਆਂ ਉਡਾਰੀਆਂ ਹੈ ਬਾਜ ਭਰਦਾ, ਫੋਟੋ ਉੱਤੇ ਬੈਨ ਅਸੀਂ ਲੱਗਣ ਨਹੀਂ ਦੇਣਾ, ਕਿੱਥੋਂ ਕਿੱਥੋਂ ਬੈਨ ਲਾ ਲੋਗੇ, ਸੰਤਾਂ ਦੀ ਫੋਟੋ ਸਾਡੇ ਦਿਲਾਂ ਵਿੱਚ ਜੜੀ ਹੋਈ, ਦਿਲਾਂ ਚੋਂ ਕਿਵੇਂ ਲਾ ਲੋ। ਤੇ ਖਾਲਸਾ ਜੀ, ਕਾਮਾਂ ਦੀਆਂ ਡਾਰਾਂ ਕਿੱਥੋਂ ਕਰ ਲੈਣੀ ਰੀਸ, ਉੱਚੀਆਂ ਉਡਾਰੀਆਂ ਹੈ ਬਾਜ ਭਰਦਾ, ਫੋਟੋ ਉੱਤੇ ਬੈਨ ਅਸੀਂ ਲੱਗਣ ਨਹੀਂ ਦੇਣਾ, ਸਾਡਿਆਂ ਦਿਲਾਂ ਤੇ ਜਿਹੜਾ ਰਾਜ ਕਰਦਾ, ਓਏ ਸਾਡਿਆਂ ਦਿਲਾਂ ਤੇ ਜਿਹੜਾ ਰਾਜ ਕਰਦਾ,
ਦਿਲ ਚ ਵਸਾਈ ਬੈਠਿਆ ਹੋ ਫੋਟੋ ਜੀ ਦੀ ਕਰਨੀ ਨੂੰ ਬੈਨ ਫਿਰਦੇ ਸਾਨੂੰ ਅਸੀਂ ਦਿਲ ਚ ਵਸਾਈ ਬੈਠਿਆ ਹੋ ਪਿੰਡਰਾਂ ਵਾਲੇ ਦੇ ਅਸੀਂ ਫੈਨ ਮੁੱਟ ਤੋਂ ਕਿਉਂ ਨੀ ਅਸੀਂ ਤਲੀ ਤੇ ਟਿਕਾਈ ਬੈਠਿਆ ਹੋ ਫੋਟੋ ਜੀ ਦੀ ਕਰਨੀ ਨੂੰ ਬੈਨ ਫਿਰਦੇ ਉਹਨੂੰ ਅਸੀਂ ਦਿਲ ਚ ਵਸਾਈ ਬੈਠਿਆ ਹੋ ਫੋਟੋ ਜੀ ਦੀ ਕਰਨੀ ਨੂੰ ਅਸੀਂ ਦਿਲ ਚ ਵਸਾਈ ਬੈਠੇ ਹਾਜ਼ਰੀਆਂ ਢਾਡੀ ਜਥੇ ਤੋਂ ਪ੍ਰਵਾਨ ਕਰਿਓ ਢਾਡੀ ਵਾਰਾਂ ਗਾਉਂਦੇ ਆ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਸਾਊਂਡ ਵਾਲੇ ਵੀਰਾਂ ਦਾ ਜਲਮਾਣਾ ਸਾਊਂਡ ਬਹੁਤ ਉੱਚ ਕੋਟੀ ਦਾ ਇਸ ਇਲਾਕੇ ਦੇ ਵਿੱਚ ਸਾਊਂਡ ਆ ਵੀਰ ਬਲਵਿੰਦਰ ਸਿੰਘ ਜੀ ਬਹੁਤ ਚੜ੍ਹਦੀ ਕਲਾ 'ਚ ਸਾਊਂਡ ਦੀ ਸੇਵਾ ਨਿਭਾਉਂਦੇ ਨੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰਦਾ ਇਸੇ ਤਰ੍ਹਾਂ ਮਨੂ ਪ੍ਰੋਡਕਸ਼ਨ ਬਹੁਤ ਵੱਡੀ ਪੰਥ ਦੀ ਸੇਵਾ ਨਿਭਾ ਰਹੇ ਨੇ ਵੱਡੇ ਵੱਡੇ ਸਮਾਗਮ ਲਾਈਵ ਟੈਲੀਕਾਸਟ ਇਸ ਚੈਨਲ ਦੇ ਜ਼ਰੀਏ ਲੋਕਾਂ ਤੱਕ ਪਹੁੰਚਦਾ ਇਹ ਸਮਾਗਮ ਲੋਕਾਂ ਤੱਕ ਪਹੁੰਚਾਏ ਜਾਂਦੇ ਆ ਇਹਨਾਂ ਵੀਰਾਂ ਦੇ ਵੱਡੇ ਉੱਦਮ ਨੇ ਉਪਰਾਲੇ ਨੇ ਇੱਥੋਂ ਦੀ ਮੈਨੇਜਮੈਂਟ ਦਾ ਪ੍ਰਬੰਧਕ ਜਨਾਂ ਦਾ ਧੰਨਵਾਦ ਅਤੇ ਗੁਰਦੁਆਰਾ ਲੰਗਰ ਸਾਹਿਬ ਸੰਪਰਦਾਏ ਪੰਥ ਦੀ ਸਰਮੌਰ ਸੰਪਰਦਾਏ ਸਰਮੌਰ ਜਥੇਬੰਦੀ ਜਿਨ੍ਹਾਂ ਨੇ ਹਰ ਇੱਕ ਮੋਰਚੇ ਦੇ ਵਿੱਚ ਪੰਥ ਦਾ ਬਹੁਤ ਵੱਡਾ ਸਾਥ ਦਿੱਤਾ ਮੁਰਲੀਆਂ ਕਤਾਰਾਂ 'ਚ ਜਾ ਕੇ ਖੜੇ ਵੀ ਅਤੇ ਅੜੇ ਵੀ ਜਿੱਥੇ ਅੜਨਾ ਪਿਆ ਉੱਥੇ ਅੜੇ ਵੀ ਅਤੇ ਖਾਲਸਾ ਜੀ ਵੱਡੀਆਂ ਸੇਵਾਵਾਂ ਹਮੇਸ਼ਾ ਹੀ ਪੰਥ 'ਚ ਨਿਭਾਉਂਦੇ ਆਏ ਨੇ ਮਹਾਰਾਜ ਮਿਹਰਾਂ ਕਰੇ ਇੱਦਾਂ ਹੀ ਸੇਵਾਵਾਂ ਨਿਭਾਉਂਦੇ ਰਹਿਣ ਗੁਰੂ ਕੇ ਵਜ਼ੀਰਾਂ ਦਾ ਇਸ ਦਰ ਦੇ ਹਜ਼ੂਰੀ ਕੀਰਤਨੀ ਜਥੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੁੱਟਾਨ ਕੁੱਟਾਨ ਸ਼ੁਕਰ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ
ਜਿਹੜੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਦਰੋ ਨਦਰ ਨਿਹਾਲ ਕਰ ਰਹੇ ਆ, ਲਾਗ ਤੇ ਦੀਵਾਨ ਰਹੇ, ਗਾਪ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ ਦੇਖ ਦੇਖ ਫਤਿਹ ਪੰਥ ਖਾਲਸੇ ਕੀ ਹਰ ਮੈਦਾਨ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।